ਤੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆ ਕੇ ਉਹਦਾ ਸਖਤ ਪੱਥਰ ਹੈ ਉਹ ਨਰਮ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਦੇ ਕਹਿਣ ਤੇ ਉਹ ਥੰਮ ਜਾਂਦਾ ਹੈ, ਉਹ ਰੁਕ ਜਾਂਦਾ ਹੈ। ਜਿਹੜੀ ਉਹਦੇ ਪਿੱਛੇ ਉਹਨੂੰ ਰੇੜਨ ਵਾਲੀ ਹਉਮੈ ਦੀ ਤਾਕਤ ਹੈ ਉਹ ਰੁਕ ਜਾਂਦੀ ਹੈ ਤੇ ਗੁਰੂ ਦੀ ਸ਼ਕਤੀ ਦੇ ਸਾਹਮਣੇ ਉਹ ਛੋਟੀ ਸਾਬਤ ਹੋ ਜਾਂਦੀ ਹੈ। ਇੱਥੋਂ ਗੱਲ ਸ਼ੁਰੂ ਹੋਈ ਤੇ ਫਿਰ ਉਹ ਗੱਲ ਇੱਥੇ ਆ ਗਈ ਜਦੋਂ ਇੱਕ ਵੱਡੀ ਮਾਡਰਨ ਐਜੂਕੇਸ਼ਨ ਦੀ ਹਉਮੈ ਦੇ ਨਾਲ ਰਿੜੀ ਹੋਈ ਉਹ ਰੇਲ ਗੱਡੀ ਸਿੱਖਾਂ ਵੱਲ ਛੂਕਦੀ ਆ ਰਹੀ ਹੈ ਤੇ ਉੱਥੇ ਉਸੇ ਸਿਰੜ ਤੇ ਸਿਦਕ ਦੇ ਨਾਲ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਟਿਕ ਕੇ ਬੈਠੇ ਹੋਏ ਨੇ, ਪੱਥਰ ਦੇ ਸਾਹਮਣੇ ਉਹ ਹਿਲਦੇ ਨਹੀਂ, ਸਿਰਫ ਆਪਣਾ ਇੱਕ ਪੰਜਾ ਉਸ ਪੱਥਰ ਵੱਲ ਵਧਾਉਂਦੇ ਨੇ ਤੇ ਉਹ ਪੰਜੇ ਦੇ ਨਾਲ ਉਹ ਪੱਥਰ ਰੁਕ ਜਾਂਦਾ ਹੈ। ਹੁਣ ਗੁਰੂ ਕੇ ਸਿੱਖ ਹਨ, ਉਹ ਗੁਰੂ ਦੇ ਅੰਸ਼ ਹਨ, ਗੁਰੂ ਦਾ ਰੂਪ ਹਨ, ਉਹ ਫਿਰ ਆਪਣੀ ਦੇਹ ਉਸ ਰੇਲ ਗੱਡੀ ਦੇ ਸਾਹਮਣੇ ਰੱਖਦੇ ਨੇ ਤੇ ਉਹਦੇ ਨਾਲ ਟਕਰਾ ਕੇ ਫਿਰ ਉਹ ਰੇਲ ਰੁਕਦੀ ਹੈ। ਇਹ ਗੱਲ ਇੰਨੀ ਨਹੀਂ ਕਿ ਇੱਕ ਰੇਲ ਆ ਰਹੀ ਹੈ, ਉਹਦੇ ਵਿੱਚ ਬੰਦੇ ਹਨ ਜੋ ਭੁੱਖੇ ਹਨ ਤੇ ਕੁਝ ਹੋਰ ਬੰਦੇ ਹਨ ਜਿਹੜੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੇ ਹਨ। ਇਹ ਇੰਨੀ ਕੁ ਗੱਲ ਨਹੀਂ ਹੈ, ਗੱਲ ਬਹੁਤ ਵੱਡੀ ਹੈ ਕਿ ਉਹ ਰੇਲ ਜਿਹੜੀ ਹੈ ਉਹ ਕਿਸੇ ਚੀਜ਼ ਦਾ ਪ੍ਰਤੀਕ ਹੈ, ਉਹ ਰੇਲ ਇੱਕ ਨਵੀਂ ਸਭਿਅਤਾ ਦਾ ਪ੍ਰਤੀਕ ਹੈ, ਉਹ ਰੇਲ ਇੱਕ ਨਵੇਂ ਗਿਆਨ ਦਾ ਪ੍ਰਤੀਕ ਹੈ ਜਿਹਨੂੰ ਉਹ ਅੰਗਰੇਜ਼ ਹਾਕਮ ਇੱਥੇ ਲਾਗੂ ਕਰਨਾ ਚਾਹੁੰਦੇ ਸਨ ਔਰ ਲਾਗੂ ਕਰਨ ਵਿੱਚ ਉਹ ਕਾਮਯਾਬ ਵੀ ਹੋਏ। ਪਰ ਉਸ ਵੇਲੇ ਇੱਕ ਵੱਡਾ ਪ੍ਰਤੀਕ ਸਿੱਖਾਂ ਦੀ ਆਤਮਾ ਨੇ, ਸਿੱਖਾਂ ਦੀ ਸਪਿਰਿਟ ਨੇ ਉਹਦੇ ਸਾਹਮਣੇ ਖੜਾ ਵੀ ਕੀਤਾ ਕਿ ਜਿਹੜੀ ਮਾਸੂਮੀ ਹੈ ਇਸ ਧਰਤੀ ਦੀ ਉਹਦੇ ਉੱਤੇ ਜਿਹੜਾ ਤੁਹਾਡਾ ਕਾਨੂੰਨ ਹੈ ਉਹ ਜ਼ੁਲਮ ਢਾਏਗਾ, ਤੁਸੀਂ ਆਪਣੀ ਸਭਿਅਤਾ ਨੂੰ ਇੱਥੇ ਜੇ ਲਾਗੂ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇੱਥੇ ਬਹੁਤ ਕੁਛ ਇਸ ਤਰ੍ਹਾਂ ਸ਼ਹਾਦਤ ਨੂੰ ਪ੍ਰਾਪਤ ਕਰੇਗਾ। ਇੱਥੋਂ ਦੀ ਮਾਸੂਮੀ ਅਤੇ ਇੱਥੋਂ ਦੀ ਜਿਹੜੀ ਸ਼ੁੱਧਤਾ ਆ, ਇੱਥੋਂ ਦੀਆਂ ਧਰਮ ਦੀਆਂ ਮਾਨਤਾਵਾਂ ਨੇ ਤੁਹਾਡੀ ਇਸ ਸਭਿਅਤਾ ਦੇ ਥੱਲੇ ਦਰੜੀਆਂ ਜਾਣਗੀਆਂ। ਉਹਨਾਂ ਨੇ ਉਹ ਸਿੰਬਲ ਸਥਾਪਿਤ ਕੀਤਾ, ਸਾਡੀ ਨਾ ਅਹਿਲੀਅਤ ਹੈ ਕਿ ਅਸੀਂ ਦੁਨੀਆਂ ਨੂੰ ਦੱਸ ਨਹੀਂ ਸਕੇ ਕਿ ਉਸ ਸ਼ਹਾਦਤ ਦਾ ਅਸਲ ਮੰਤਵ ਕੀ ਸੀ। ਤੋ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕਿ ਸਾਡੀ ਸਭਿਅਤਾ ਹੈ ਕੀ। ਗੰਗਾ ਜਮਨਾ ਤੋਂ ਇੱਧਰ ਜਿਹੜੀ ਸਭਿਅਤਾ ਹੈ, ਇਹ ਜਿਹੜੀ ਪਰੇ ਦਰਾ ਖੈਬਰ ਤੱਕ ਜਾਂਦੀ ਹੈ ਸਾਡੀ ਸਭਿਅਤਾ, ਇਸ ਖਿੱਤੇ ਦੀ ਸਾਰੀ ਸਭਿਅਤਾ ਹੈ, ਇਹਦੇ ਵਿੱਚ ਉਚਾਈਆਂ ਕੀ ਨੇ। ਅਤੇ ਜਦੋਂ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਦਾ ਰਾਜ ਹੋ ਗਿਆ ਅਤੇ ਅਸੀਂ ਉਹਨਾਂ ਦੇ ਉਸ ਪ੍ਰਭਾਵ ਤੋਂ ਕਿਵੇਂ ਬਚੇ ਰਹੇ, ਕਿਹੜੀ ਉਹ ਐਸੀ ਸ਼ਕਤੀ ਸੀ ਜਿਹਦੇ ਕਰਕੇ ਸਾਰਾ ਹਿੰਦੁਸਤਾਨ ਗੁਲਾਮ ਹੋ ਗਿਆ ਪਰ ਸਿੱਖ ਉਹਦੇ ਗੁਲਾਮ ਨਹੀਂ ਹੋਏ। ਬਲੀ ਕੰਧਾਰੀ ਦਾ ਪੱਥਰ ਅਤੇ ਜਿਹੜੀ ਇਹ ਰੇਲ ਹੈ ਇਹਨੂੰ ਅਤੇ ਜਿਹੜਾ ਟੈਂਕ ਹੈ ਦਰਬਾਰ ਸਾਹਿਬ 'ਤੇ ਚੜ੍ਹ ਕੇ ਆਉਂਦਾ ਉਹਨੂੰ ਅਸੀਂ ਇੱਕ ਧਾਰਾ ਵਿੱਚ ਰੱਖ ਕੇ ਵੇਖਦੇ ਹਾਂ ਅਤੇ ਇਹਨਾਂ ਤਿੰਨਾਂ ਦੇ ਸਾਹਮਣੇ ਖੜਾ ਹੋਇਆ ਸਿੱਖੀ ਦਾ ਸਿਦਕ ਅਤੇ ਸਿਰੜ ਦੇਖਦੇ ਹਾਂ ਅਤੇ ਗੱਲ ਹੋਰ ਤਰ੍ਹਾਂ ਸਮਝ ਆਉਂਦੀ ਹੈ। ਤੋ ਇਸ ਗੱਲ ਦੇ ਵਿੱਚੋਂ ਸਮਝ ਲੱਗਣੀ ਚਾਹੀਦੀ ਹੈ ਸਾਨੂੰ ਇਹ ਕਿ ਇਹ ਜੋ ਵਰਤਾਰਾ ਵਾਪਰਿਆ ਇਹ ਇੰਨਾ ਕੁ ਨਹੀਂ ਹੈ ਜਿੰਨਾ ਕੁ ਦਿਸਦਾ ਆ, ਇਹਦੀ ਤਹਿ ਦੇ ਵਿੱਚ ਕੋਈ ਵੱਡਾ ਡਾਇਲਾਗ ਚੱਲ ਰਿਹਾ, ਉਸ ਡਾਇਲਾਗ ਦੇ ਉੱਤੇ ਆਪਾਂ ਨੂੰ ਆਉਣਾ ਪਵੇਗਾ, ਉਹ ਅੱਜ ਵੀ ਆਉਣਾ ਪਵੇਗਾ। ਉਸੇ ਹਉਮੈ ਦੇ ਵਿੱਚ ਫਿਰ 1984 ਦੇ ਵਿੱਚ ਜਿਹੜਾ ਉਹ ਦਰਬਾਰ ਸਾਹਿਬ ਵੱਲ ਨੂੰ ਟੈਂਕ ਰਿੜਦਾ ਆਉਂਦਾ, ਉਹ ਵੀ ਉਸੇ ਹਉਮੈ ਦੇ ਵਿੱਚੋਂ ਆਉਂਦਾ ਅਤੇ ਉਹਦੇ ਸਾਹਮਣੇ ਵੀ ਉਸੇ ਸਿਰੜ ਅਤੇ ਉਸੇ ਸਿਦਕ ਦੇ ਨਾਲ ਸਿੱਖ ਆਪਣੀ ਫਿੱਕ ਡਾਉਂਦੇ ਨੇ, ਉਸੇ ਸਿਦਕ ਦੇ ਨਾਲ ਕੋਈ ਸਿੰਘ ਆਪਣੀ ਬੱਚੀ ਦੇ ਲੱਕ ਦੇ ਨਾਲ ਬੰਬ ਬੰਨ ਕੇ ਉਸ ਟੈਂਕ ਦੇ ਅੱਗੇ ਸੁੱਟ ਦਿੰਦਾ ਹੈ। ਅਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸਾਖੀਆਂ ਵਾਪਰਦੀਆਂ ਨੇ, ਬਾਰ ਬਾਰ ਵਾਪਰਦੀਆਂ ਰਹਿਣਗੀਆਂ ਜਦ ਤੱਕ ਹਕੂਮਤਾਂ ਆਪਣੇ ਅੰਦਰ ਚੱਲ ਰਹੀ ਉਸ ਹਉਮੈ ਨੂੰ ਉਸ ਇਹਦੇ ਨਾਲ ਟਕਰਾਉਂਦੀਆਂ ਰਹਿਣਗੀਆਂ। ਉਹ ਹੈ ਕਿ ਇਹ ਦੋ ਸਭਿਅਤਾਵਾਂ ਦਾ ਭੇੜ ਹੈ, ਉਹਦੇ ਵਿੱਚ ਜਿਹੜੀ ਇੱਥੋਂ ਦੀ ਸਭਿਅਤਾ ਨੇ ਪਹਿਲਾਂ ਉਚਾਈ ਪੈਦਾ ਕੀਤੀ ਹੈ ਉਹਨੂੰ ਜਾਣਨਾ ਪਵੇਗਾ ਅਤੇ ਫਿਰ ਜਿਹੜੀ ਦੂਸਰੀ ਸਭਿਅਤਾ ਦੇ ਵਿੱਚ ਉਚਾਈ ਪਈ ਹੋਈ ਹੈ ਉਹਦੇ ਨਾਲ ਸਾਡਾ ਕੀ ਸੰਬੰਧ ਬਣਨਾ ਚਾਹੀਦਾ ਆ, ਅਸੀਂ ਉਸ ਉਚਾਈ ਨੂੰ ਆਪਣੇ ਇਸ ਉਚਾਈ ਦੇ ਸਾਹਮਣੇ ਕੀ ਥਾਂ ਦੇਣਾ ਆ, ਇਹਦੇ 'ਤੇ ਗੱਲ ਹੋ ਸਕਦੀ ਸੀ। ਪਰ ਗੁਲਾਮੀ ਕੀ ਹੁੰਦੀ ਹੈ? ਗੁਲਾਮੀ ਇਹ ਹੁੰਦੀ ਹੈ ਕਿ ਕੋਈ ਤੁਹਾਡੀ ਸਭਿਅਤਾ ਦੀ ਉੱਚੀ ਕੀਮਤ ਨੂੰ ਜਦੋਂ ਦਰੜ ਦਿੰਦਾ ਹੈ ਆਪਣੇ ਉਸ ਭਾਰੀ ਭਰਕਮ ਰੇਲ ਜਾਂ ਟੈਂਕ ਦੇ ਪਹੀਆਂ ਦੇ ਥੱਲੇ ਤਾਂ ਫਿਰ ਇਸ ਨੂੰ ਗੁਲਾਮੀ ਕਿਹਾ ਜਾਂਦਾ ਹੈ ਕਿ ਤੁਹਾਡੀਆਂ ਕੀਮਤਾਂ ਦਾ
ਤੁਹਾਡੀਆਂ ਉਹਨਾਂ ਉੱਚੀਆਂ ਜਿਹੜੀਆਂ ਛਾਨਾਂ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਪੈਂਦੀ ਉਹਨਾਂ ਦੇ ਸਾਹਮਣੇ, ਤੇ ਉਹਨਾਂ ਨੂੰ ਥੱਲੇ ਤੜਿਆ ਜਾ ਰਿਹਾ ਹੁੰਦਾ। ਬਸ ਇਹੋ ਹੀ ਗੁਲਾਮੀ ਹੁੰਦੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਗੁਰੂ ਸਵਾਰਿਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਗੁਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੈ ਕਿ ਇਹਨਾਂ ਨੇ ਇਤਿਹਾਸ ਦੀ ਖੋਜ ਦਾ ਰਾਹ ਫੜਿਆ ਅਤੇ ਬੜੇ ਪਿਆਰ ਅਤੇ ਭਾਵ ਦੇ ਨਾਲ, ਭਾਵਨਾਵਾਂ ਨੂੰ ਨਾਲ ਤੁਰਦੇ ਹੋਏ ਉਹ ਸਾਰੇ ਇਤਿਹਾਸਕ ਸਾਕੇ ਦਾ ਚੰਗੀ ਖੂਬਸੂਰਤ ਬੋਲੀ ਵਿੱਚ ਵਰਣਨ ਕੀਤਾ। ਮੇਰੀ ਅਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਅਰਦਾਸ ਹੈ ਕਿ ਡਾਕਟਰ ਗੁਰਪ੍ਰੀਤ ਸਿੰਘ ਜੀ ਦੇ ਸਿਰ 'ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਇਹਨਾਂ ਕੋਲੋਂ ਵੱਧ ਤੋਂ ਵੱਧ ਸੇਵਾਵਾਂ ਲੈਣ, ਤਾਂ ਕਿ ਜਿਹੜੀ ਇਹ ਇਤਿਹਾਸ ਦੇ ਪੱਖ ਤੋਂ ਘਾਟ ਹੈ ਉਹਨੂੰ ਪੂਰਾ ਕੀਤਾ ਜਾ ਸਕੇ। ਸਾਕਾ ਪੰਜਾ ਸਾਹਿਬ ਦੇ ਨਾਲ ਸੰਬੰਧਿਤ ਜਿੰਨੀ ਵੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ, ਉਸ ਤੋਂ ਬਾਅਦ ਹੋਰ ਬਹੁਤੀ ਗੱਲ ਉਸ ਬਾਰੇ ਕਰਨ ਵਾਲੀ ਕੋਈ ਰਹਿ ਨਹੀਂ ਗਈ। ਆਪਾਂ ਉਸ ਸਾਰੀ ਜਾਣਕਾਰੀ ਨੂੰ ਆਧਾਰ ਬਣਾ ਕੇ ਕੁਛ ਹੋਰ ਗੱਲਾਂ ਆਪ ਜੀ ਦੇ ਚਰਨਾਂ ਵਿੱਚ ਰੱਖਣ ਦੀ ਕੋਸ਼ਿਸ਼ ਕਰਾਂਗੇ ਕਿ ਹਸਨ ਅਬਦਾਲ ਦੇ ਅਸਥਾਨ 'ਤੇ ਜਦੋਂ ਵਲੀ ਕੰਧਾਰੀ ਗੁਰੂ ਨਾਨਕ ਸਾਹਿਬ ਜੀ ਤਰਫ ਇੱਕ ਵੱਡਾ ਪੱਥਰ ਰੇੜਦਾ ਹੈ ਅਤੇ ਅੰਗਰੇਜ਼ ਦੀ ਹਕੂਮਤ ਉਸੇ ਸਥਾਨ 'ਤੇ ਗੁਰੂ ਕੇ ਸਿੱਖਾਂ ਵੱਲ ਉਹ ਲੋਹੇ ਦੀ ਵੱਡੀ ਰੇਲ ਰੇੜ ਦਿੰਦੀ ਹੈ, ਇਹਨਾਂ ਦੋਵਾਂ ਦੇ ਵਿੱਚ ਸਾਂਝ ਕੀ ਹੈ? ਇਹਨਾਂ ਦੋਵਾਂ ਦੇ ਵਿੱਚ ਪਹਿਲੀ ਸਾਂਝ ਜੋ ਹੈ ਉਹ ਹਉਮੈ ਦੀ ਸਾਂਝ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਲੀ ਕੰਧਾਰੀ ਦੀ ਵਲੀ ਹਉਮੈ ਨੂੰ ਤੋੜਿਆ, ਉਹ ਸਿਲਸਿਲਾ ਚੱਲਦਾ ਹੋਇਆ ਅੱਜ ਤੱਕ ਸਾਰੀਆਂ ਸ਼ਹਾਦਤਾਂ ਦੇ ਵਿੱਚ ਉਸ ਨੂੰ ਅਸੀਂ ਲਗਾਤਾਰ ਇੱਕ ਰਸ ਵਰਤਦਾ ਦੇਖਦੇ ਹਾਂ। ਵਲੀ ਜੋ ਹੁੰਦਾ ਹੈ ਉਹ ਇਸਲਾਮ ਦੀ ਪਰੰਪਰਾ ਦੇ ਵਿੱਚ ਪੈਗੰਬਰ ਤੋਂ ਬਾਅਦ ਬਹੁਤ ਵੱਡਾ ਉੱਚਾ ਦਰਜਾ ਰੱਖਣ ਵਾਲੀ ਹਸਤੀ ਹੁੰਦਾ ਹੈ। ਜਦੋਂ ਮੁਸਲਮਾਨ ਭਰਾ ਗੁਰੂ ਨਾਨਕ ਸਾਹਿਬ ਨੂੰ ਸਾਂਝਾ ਦੱਸਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਵੱਧ ਤੋਂ ਵੱਧ ਗੁਰੂ ਨਾਨਕ ਸਾਹਿਬ ਦਾ ਦਰਜਾ ਵਲੀ ਵਾਲਾ ਰੱਖਦੇ ਨੇ, ਉਹ ਗੁਰੂ ਨਾਨਕ ਸਾਹਿਬ ਦਾ ਦਰਜਾ ਹਜ਼ਰਤ ਮੁਹੰਮਦ ਸਾਹਿਬ ਦੇ ਬਰਾਬਰ ਕਦੇ ਨਹੀਂ ਕਰਦੇ, ਕਿਉਂਕਿ ਉਹਨਾਂ ਦੇ ਲਈ ਪੈਗੰਬਰ ਇੱਕ ਹੀ ਹੈ, ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੇ, ਉਹ ਸੀਲ ਆਫ ਪ੍ਰੋਫਿਟਸ ਹੈ, ਉਸ ਤੋਂ ਬਾਅਦ ਕੋਈ ਹੋਰ ਪੈਗੰਬਰ ਨੇ ਨਹੀਂ ਆਉਣਾ। ਇਸ ਲਈ ਉਹ ਕਹਿੰਦੇ ਨੇ ਕਿ ਵਲੀ ਹੋਰ ਆ ਸਕਦੇ ਨੇ ਅਤੇ ਗੁਰੂ ਨਾਨਕ ਸਾਹਿਬ ਵਲੀ ਨੇ, ਅਤੇ ਵਲੀ ਉਹਨਾਂ ਦੇ ਲਈ ਬਹੁਤ ਉੱਚਾ ਦਰਜਾ ਰੱਖਦਾ ਪਰ ਪੈਗੰਬਰ ਤੋਂ ਥੱਲੇ ਰਹਿੰਦਾ। ਤੋ ਇਹਦਾ ਮਤਲਬ ਹੈ ਕਿ ਜੋ ਵਲੀ ਕੰਧਾਰੀ ਉੱਥੇ ਬੈਠਾ ਹੈ ਉਹ ਕੋਈ ਪੈਗੰਬਰ ਤੋਂ ਬਾਅਦ, ਜਿਵੇਂ ਪ੍ਰਧਾਨ ਮੰਤਰੀ ਤੋਂ ਬਾਅਦ ਉਪ ਪ੍ਰਧਾਨ ਮੰਤਰੀ ਹੁੰਦਾ, ਉਸ ਤਰ੍ਹਾਂ ਦਾ ਕੋਈ ਦੂਜੇ ਨੰਬਰ 'ਤੇ ਕੋਈ ਵੱਡੀ ਹਸਤੀ ਹੈ ਜੋ ਹਉਮੈ ਨਾਲ ਭਰੀ ਹੋਈ ਹੈ ਅਤੇ ਉਹ ਧਰਤੀ ਦੀਆਂ ਪਦਾਰਥਾਂ ਦੇ ਉੱਤੇ ਆਪਣਾ ਏਕਾਧਿਕਾਰ ਸਥਾਪਿਤ ਕਰਕੇ ਬੈਠਾ ਹੋਇਆ ਅਤੇ ਉਹ ਪਾਣੀ ਨਹੀਂ ਪੀਣ ਦੇ ਰਿਹਾ,
ਭਾਈ ਮਰਦਾਨਾ ਜੀ, ਇਹ ਸਭ ਚੀਜ਼ਾਂ ਸਮਝਣ ਦੇ ਲਈ ਆਪਾਂ ਬਾਣੀ ਦਾ ਹੀ ਸਹਾਰਾ ਲੈਂਦੇ ਹਾਂ। ਬਾਣੀ ਦਾ ਬਚਨ ਹੈ, ਸੇ ਅੱਖੜੀਆਂ ਬਿਅੰਨ ਜਿਨ੍ਹਾਂ ਦਿਸੰਦੋ ਵਾਪਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਮੇਰਾ ਪ੍ਰੀਤਮ ਦਿਸਦਾ ਹੈ। ਤੋ ਜਿਹੜਾ ਇਹ ਸਾਕਾ ਉੱਥੇ ਵਾਪਰਿਆ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ, ਔਰ ਫਿਰ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਜੀ ਦੀ ਦੇਹ ਦੇ ਉੱਤੇ ਜਿਹੜਾ ਸਾਕਾ ਵਾਪਰਿਆ, ਜਾਂ ਹੋਰ ਜਿਹੜੇ ਜ਼ਖਮੀ ਹੋਏ ਉਸ ਵੇਲੇ, ਜਿਹੜੀ ਇਹ ਸਾਰੀ ਗੱਲਬਾਤ ਹੈ, ਇਸ ਨੂੰ ਇਸ ਪੰਕਤੀ ਦੇ ਹਵਾਲੇ ਨਾਲ ਕਿਵੇਂ ਸਮਝਿਆ ਜਾਵੇ? ਉਹ ਬੇਨਤੀ ਇਸ ਤਰ੍ਹਾਂ ਹੈ ਕਿ ਸਧਾਰਨ ਜਿਹੜੀ ਸਾਡੀ ਬੁੱਧੀ ਹੈ ਉਹਦੇ ਹਿਸਾਬ ਨਾਲ ਪੱਥਰ ਇੱਕ ਸਖਤ ਚੀਜ਼ ਹੈ ਜਿਸ ਦੇ ਵਿੱਚ ਹੱਥ ਖੁੱਭ ਨਹੀਂ ਸਕਦਾ, ਪਰ ਗੁਰੂ ਦਾ ਹੱਥ ਉਸ ਦੇ ਉੱਤੇ ਲੱਗਾ ਹੋਇਆ, ਉਹ ਖੁੱਭਿਆ ਹੋਇਆ ਹੈ। ਉਹ ਕਿਉਂ ਹੈ? ਕਿਉਂਕਿ ਜਿਹੜੀ ਸਿਮਰਨ ਅਤੇ ਬੰਦਗੀ ਹੈ ਉਹਦੇ ਨਾਲ ਇੱਕ ਖਾਸ ਕਿਸਮ ਦੀ ਇੱਕ ਸ਼ਕਤੀ ਉਹ ਸਧਾਰਨ ਮਨੁੱਖ ਦੇ ਅੰਦਰ ਵੀ ਪੈਦਾ ਹੋ ਸਕਦੀ ਹੈ। ਗੁਰੂ ਨਾਨਕ ਸਾਹਿਬ ਤਾਂ ਆਪ ਅਕਾਲ ਪੁਰਖ ਦਾ ਰੂਪ ਹਨ, ਜਿਸ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਦਿੱਤੀ ਹੈ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਤਾਂ ਗੁਰੂ ਸਾਹਿਬ ਆਪ ਅਕਾਲ ਰੂਪ ਹਨ, ਉਹਨਾਂ ਦੇ ਸਾਹਮਣੇ ਜਿਹੜੀ ਇਹ ਸ੍ਰਿਸ਼ਟੀ ਹੈ ਇਹਦੇ ਨਿਯਮ ਜਿਹੜੇ ਨੇ ਉਹ ਬਦਲ ਸਕਦੇ ਨੇ, ਅਤੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆ ਕੇ ਉਹਦਾ ਸਖਤ ਪੱਥਰ ਹੈ ਉਹ ਨਰਮ ਹੋ ਜਾਂਦਾ, ਅਤੇ ਗੁਰੂ ਸਾਹਿਬ ਦੇ ਕਹਿਣ 'ਤੇ ਉਹ ਥੰਮ ਜਾਂਦਾ, ਉਹ ਰੁਕ ਜਾਂਦਾ। ਜਿਹੜੀ ਉਹਦੇ ਪਿੱਛੇ ਉਹਨੂੰ ਰੇੜਨ ਵਾਲੀ ਹਉਮੈ ਦੀ ਤਾਕਤ ਹੈ ਉਹ ਰੁਕ ਜਾਂਦੀ ਹੈ, ਅਤੇ ਗੁਰੂ ਦੀ ਸ਼ਕਤੀ ਦੇ ਸਾਹਮਣੇ ਉਹ ਛੋਟੀ ਸਾਬਤ ਹੋ ਜਾਂਦੀ ਹੈ। ਇੱਥੋਂ ਗੱਲ ਸ਼ੁਰੂ ਹੋਈ ਅਤੇ ਫਿਰ ਉਹ ਗੱਲ ਇੱਥੇ ਆ ਗਈ ਜਦੋਂ ਇੱਕ ਵੱਡੀ ਮਾਡਰਨ ਐਜੂਕੇਸ਼ਨ ਦੀ ਹਉਮੈ ਦੇ ਨਾਲ ਰਿੜੀ ਹੋਈ ਉਹ ਰੇਲ ਗੱਡੀ ਸਿੱਖਾਂ ਵੱਲ ਛੂਕਦੀ ਆ ਰਹੀ ਹੈ, ਅਤੇ ਉੱਥੇ ਉਸੇ ਸਿਰੜ ਅਤੇ ਸਿਦਕ ਦੇ ਨਾਲ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਟਿਕ ਕੇ ਬੈਠੇ ਹੋਏ ਨੇ, ਪੱਥਰ ਦੇ ਸਾਹਮਣੇ ਉਹ ਹਿਲਦੇ ਨਹੀਂ, ਸਿਰਫ ਆਪਣਾ ਇੱਕ ਪੰਜਾ ਉਸ ਪੱਥਰ ਵੱਲ ਵਧਾਉਂਦੇ ਨੇ ਅਤੇ ਉਹ ਪੰਜੇ ਦੇ ਨਾਲ ਉਹ ਪੱਥਰ ਰੁਕ ਜਾਂਦਾ। ਹੁਣ ਗੁਰੂ ਕੇ ਸਿੱਖ ਹਨ, ਉਹ ਗੁਰੂ ਦੀ ਅੰਸ਼ ਹਨ, ਗੁਰੂ ਦਾ ਰੂਪ ਹਨ, ਉਹ ਫਿਰ ਆਪਣੀ ਦੇਹ ਉਸ ਰੇਲ ਗੱਡੀ ਦੇ ਸਾਹਮਣੇ ਰੱਖਦੇ ਨੇ ਅਤੇ ਉਹਦੇ ਨਾਲ ਟਕਰਾ ਕੇ ਫਿਰ ਉਹ ਰੇਲ ਰੁਕਦੀ ਹੈ। ਔਰ ਇਹ ਵੀ ਉਸ ਪੰਕਤੀ ਦੇ ਸਹਾਰੇ ਨਾਲ ਸਮਝਣ ਵਾਲੀ ਗੱਲ ਹੈ ਕਿ ਸੇ ਅੱਖੜੀਆਂ ਬਿਅੰਨ ਜਿਨ੍ਹਾਂ ਦਿਸੰਦੋ ਵਾਪਰੀ। ਇਹ ਗੱਲ ਇੰਨੀ ਨਹੀਂ ਕਿ ਇੱਕ ਰੇਲ ਆ ਰਹੀ ਹੈ ਉਹਦੇ ਵਿੱਚ ਬੰਦੇ ਹਨ ਜੋ ਭੁੱਖੇ ਹਨ ਅਤੇ ਕੁਝ ਹੋਰ ਬੰਦੇ ਹਨ ਜਿਹੜੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੇ ਹਨ, ਇਹ ਇੰਨੀ ਕੁ ਗੱਲ ਨਹੀਂ ਹੈ। ਗੱਲ ਬਹੁਤ ਵੱਡੀ ਹੈ ਕਿ ਉਹ ਰੇਲ ਜਿਹੜੀ ਹੈ ਉਹ ਕਿਸੇ ਚੀਜ਼ ਦਾ ਪ੍ਰਤੀਕ ਹੈ, ਉਹ ਰੇਲ ਇੱਕ ਨਵੀਂ ਸੱਭਿਅਤਾ ਦਾ ਪ੍ਰਤੀਕ ਹੈ, ਉਹ ਰੇਲ ਇੱਕ ਨਵੇਂ ਗਿਆਨ ਦਾ ਪ੍ਰਤੀਕ ਹੈ ਜਿਹਨੂੰ ਉਹ ਅੰਗਰੇਜ਼ ਹਾਕਮ ਇੱਥੇ ਲਾਗੂ ਕਰਨਾ ਚਾਹੁੰਦੇ ਸਨ, ਔਰ ਲਾਗੂ ਕਰਨ ਵਿੱਚ ਉਹ ਕਾਮਯਾਬ ਵੀ ਹੋਏ। ਪਰ ਉਸ ਵੇਲੇ ਇੱਕ ਵੱਡਾ ਪ੍ਰਤੀਕ ਸਿੱਖਾਂ ਦੀ ਆਤਮਾ ਨੇ, ਸਿੱਖਾਂ ਦੀ ਸਪਿਰਿਟ ਨੇ ਉਹਦੇ ਸਾਹਮਣੇ ਖੜਾ ਵੀ ਕੀਤਾ ਕਿ ਜਿਹੜੀ ਮਾਸੂਮੀ ਹੈ ਇਸ ਧਰਤੀ ਦੀ ਉਹਦੇ ਉੱਤੇ ਜਿਹੜਾ ਤੁਹਾਡਾ ਕਾਨੂੰਨ ਹੈ ਉਹ ਜ਼ੁਲਮ ਢਾਏਗਾ, ਤੁਸੀਂ ਆਪਣੀ ਸੱਭਿਅਤਾ ਨੂੰ ਇੱਥੇ ਜੇ ਲਾਗੂ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇੱਥੇ ਬਹੁਤ ਕੁਛ ਇਸ ਤਰ੍ਹਾਂ ਸ਼ਹਾਦਤ ਨੂੰ ਪ੍ਰਾਪਤ ਕਰੇਗਾ, ਇੱਥੋਂ ਦੀ ਮਾਸੂਮੀ ਅਤੇ ਇੱਥੋਂ ਦੀ ਜਿਹੜੀ ਸ਼ੁੱਧਤਾ ਆ, ਇੱਥੋਂ ਦੀਆਂ ਧਰਮ ਦੀਆਂ ਮਾਨਤਾਵਾਂ ਨੇ ਤੁਹਾਡੀ ਇਸ ਸੱਭਿਅਤਾ ਦੇ ਥੱਲੇ ਦਰੜੀਆਂ ਜਾਣਗੀਆਂ। ਉਹਨਾਂ ਨੇ ਉਹ ਸਿੰਬਲ ਸਥਾਪਿਤ ਕੀਤਾ, ਸਾਡੀ ਨਾ ਅਹਿਲੀਅਤ ਹੈ ਕਿ ਅਸੀਂ ਦੁਨੀਆਂ ਨੂੰ ਦੱਸ ਨਹੀਂ ਸਕੇ ਕਿ ਉਸ ਸ਼ਹਾਦਤ ਦਾ ਅਸਲ ਮੰਤਵ ਕੀ ਸੀ, ਉਹ ਕੇਵਲ ਪ੍ਰਸ਼ਾਦਾ ਛਕਾਉਣ ਲਈ ਜਾਂ ਕੇਵਲ ਸ਼ਹਾਦਤ ਦੇ ਚਾਅ ਵਿੱਚ ਜੂਝ ਕੇ ਮਰਨ ਦੇ ਚਾਅ ਵਿੱਚ ਬੈਠੇ ਹੋਏ ਬੰਦੇ ਨਹੀਂ ਸਨ। ਉਹ ਦੱਸ ਰਹੇ ਸਨ ਕਿ ਇਹ ਜਿਹੜੀ ਦੇਹ ਹੈ ਇਹ ਇਸ ਧਰਤੀ 'ਚੋਂ ਉਪਜੀ ਹੈ ਅਤੇ ਇਸ ਦੇਹ ਨੂੰ ਜਿਹੜਾ ਨਿਜ਼ਾਮ ਚਾਹੀਦਾ ਉਹ ਇਸ ਧਰਤੀ ਦੇ ਉੱਤੇ ਚੱਲਣ ਵਾਲੀਆਂ ਪਰੰਪਰਾਵਾਂ ਦੇ ਵਿੱਚੋਂ ਆਏਗਾ, ਉਹ ਮੋਡਰਨਿਟੀ 'ਚੋਂ ਨਹੀਂ ਆ ਸਕਦਾ। ਉਹ ਮੋਡਰਨਿਟੀ ਜਿਹਦੇ ਨਾਲ ਇਹ ਰੇਲ ਬਣੀ ਹੈ, ਉਹ ਮੋਡਰਨਿਟੀ ਜਿਹਦੀ ਅਲੰਬਰਦਾਰ ਇਹ ਅੰਗਰੇਜ਼ ਕੌਮ ਬਣੀ ਹੋਈ ਹੈ, ਕਿਉਂਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਜੋ ਸੱਭਿਅਤਾ ਇੱਥੇ ਮੌਜੂਦ ਸੀ
ਜੋ ਸਾਡਾ ਜਿਹਨੂੰ ਸਰਕਾਰ ਖਾਲਸਾ ਕਹਿੰਦੇ ਹਾਂ, ਜੋ ਸਾਡੀ ਸਭਿਅਤਾ ਹੈ, ਇਹ ਸਭਿਅਤਾ ਬਹੁਤ ਪੁਰਾਣੀ ਹੈ ਅਤੇ ਉਸ ਵੇਲੇ ਇਹ ਸਭਿਅਤਾ ਪੂਰੇ ਜਲਾਓ 'ਤੇ ਸੀ। ਇਹ ਜੋ ਸਾਡਾ ਪੰਜਾਬ ਦਾ ਖਿੱਤਾ ਹੈ, ਹਿੰਦੁਸਤਾਨ ਦੇ ਉੱਤਰੀ ਭਾਰਤ ਦੇ ਇਸ ਖਿੱਤੇ ਦੀ ਜਿਹੜੀ ਧਾਂਕ ਹੈ ਉਹ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚੀ। ਨੈਪੋਲੀਅਨ ਬੋਨਾਪਾਰਟ ਦੀ ਫੌਜ ਵਿੱਚੋਂ ਬੜੇ ਬੜੇ ਜਰਨੈਲ ਉਹਨੂੰ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਦੇ ਪਾਸ ਭਰਤੀ ਹੋਏ, ਉਹਦੇ ਤਨਖਾਹਦਾਰ ਮੁਲਾਜ਼ਮ ਹੋਏ। ਉਸ ਵੇਲੇ ਜੋ ਅੰਗਰੇਜ਼ ਜਿਹੜਾ ਸਿਲਸਿਲਾ ਹੈ ਇਕੋਨਮੀ ਦਾ, ਜਿਹੜੀ ਉਹਦੀ ਇੰਗਲੈਂਡ ਦੀ ਜਿਹੜੀ ਸਾਲਾਨਾ ਆਮਦਨ ਹੈ ਅਤੇ ਜਿਹੜੀ ਉਹਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੀ ਇਕੋਨਮੀ ਦੀ ਜਿਹੜੀ ਕੀਮਤ ਹੈ, ਜਾਂ ਕਹਿ ਲਓ ਕਿ ਸਾਡਾ 1 ਰੁਪਈਆ ਅਤੇ ਜਿਹੜਾ ਇੰਗਲੈਂਡ ਦਾ ਪਾਉਂਡ ਹੈ ਜਾਂ ਜਿਹੜਾ ਅਮਰੀਕਾ ਦਾ ਡਾਲਰ ਹੈ, ਅਤੇ ਉਹਦਾ ਮੁਕਾਬਲਾ ਕੀਤਾ। ਕੁਛ ਬੰਦਿਆਂ ਨੇ ਚਲੋ ਫਰਕ ਨੇ, ਪਰ ਇਹ ਦੱਸਿਆ ਜਾਂਦਾ ਕਿ ਸ਼ਾਇਦ 1 ਰੁਪਈਆ ਜਿਹੜਾ ਸੀਗਾ ਉਸ ਵੇਲੇ ਉਹਦੇ $14 ਆਉਂਦੇ ਸਨ, ਜਿਹੜੇ ਅੱਜ ਸਾਡਾ ਜਿਹੜਾ ਅਮਰੀਕਾ ਦਾ $1 ਹੈ ਉਹਦੇ ਸਾਡੇ ਮੇਰੇ ਖਿਆਲ ਇੱਥੇ ਸ਼ਾਇਦ 80-82 ਰੁਪਈਏ ਉਹ ਸ਼ਾਇਦ ਉਹਦੀ ਕੀਮਤ ਹੋ ਚੁੱਕੀ ਹੈ। ਤੋ ਇਸ ਤਰ੍ਹਾਂ ਇਹ ਜਿਹੜੀ ਸੱਭਿਅਤਾ ਆਈ ਹੈ ਉਹਨੇ ਇੱਥੋਂ ਦੀ ਸੱਭਿਅਤਾ ਦੇ ਨਾਲ ਟਕਰਾਅ ਪੈਦਾ ਕੀਤਾ ਅਤੇ ਇੱਥੋਂ ਦੀ ਸਾਰੀ ਜਿਹੜੀ ਪੁਰਾਣੀ ਤੁਰੀ ਆਉਂਦੀ ਪਰੰਪਰਾ ਸੀਗੀ ਉਹਨੂੰ ਦਰੜਿਆ ਜਾਂ ਆਪਣੇ ਉਸ ਜਿਵੇਂ ਰੇਲ ਦੇ ਪਹੀਆਂ ਥੱਲੇ ਉਹਨਾਂ ਨੇ ਦਰੜਨ ਦੀ ਕੋਸ਼ਿਸ਼ ਕੀਤੀ। ਤੋ ਇਸ ਗੱਲ ਦੇ ਵਿੱਚੋਂ ਸਮਝ ਲੱਗਣੀ ਚਾਹੀਦੀ ਹੈ ਸਾਨੂੰ ਇਹ ਕਿ ਇਹ ਜੋ ਵਰਤਾਰਾ ਵਾਪਰਿਆ ਇਹ ਇੰਨਾ ਕੁ ਨਹੀਂ ਹੈ ਜਿੰਨਾ ਕੁ ਦਿਸਦਾ ਆ। ਇਹਦੀ ਤਹਿ ਦੇ ਵਿੱਚ ਕੋਈ ਵੱਡਾ ਡਾਇਲਾਗ ਚੱਲ ਰਿਹਾ, ਉਸ ਡਾਇਲਾਗ ਦੇ ਉੱਤੇ ਆਪਾਂ ਨੂੰ ਆਉਣਾ ਪਵੇਗਾ, ਉਹ ਅੱਜ ਵੀ ਆਉਣਾ ਪਵੇਗਾ। ਉਸੇ ਹਉਮੈ ਦੇ ਵਿੱਚ ਫਿਰ 1984 ਦੇ ਵਿੱਚ ਜਿਹੜਾ ਉਹ ਦਰਬਾਰ ਸਾਹਿਬ ਵੱਲ ਨੂੰ ਟੈਂਕ ਰਿੜਦਾ ਆਉਂਦਾ, ਉਹ ਵੀ ਉਸੇ ਹਉਮੈ ਦੇ ਵਿੱਚੋਂ ਆਉਂਦਾ ਅਤੇ ਉਹਦੇ ਸਾਹਮਣੇ ਵੀ ਉਸੇ ਸਿਰੜ ਅਤੇ ਉਸੇ ਸਿਦਕ ਦੇ ਨਾਲ ਸਿੱਖ ਆਪਣੀ ਹਿੱਕ ਡਾਉਂਦੇ ਨੇ, ਉਸੇ ਸਿਦਕ ਦੇ ਨਾਲ ਕੋਈ ਸਿੰਘ ਆਪਣੀ ਬੱਚੀ ਦੇ ਲੱਕ ਦੇ ਨਾਲ ਬੰਬ ਬੰਨ ਕੇ ਉਸ ਟੈਂਕ ਦੇ ਅੱਗੇ ਸੁੱਟ ਦਿੰਦਾ। ਅਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸਾਖੀਆਂ ਵਾਪਰਦੀਆਂ ਨੇ, ਇਹ ਵਾਰ ਵਾਰ ਵਾਪਰਦੀਆਂ ਰਹਿਣਗੀਆਂ ਜਦ ਤੱਕ ਹਕੂਮਤਾਂ ਆਪਣੇ ਅੰਦਰ ਚੱਲ ਰਹੀ ਉਸ ਹਉਮੈ ਨੂੰ ਉਸ ਇਹਦੇ ਨਾਲ ਟਕਰਾਉਂਦੀਆਂ ਰਹਿਣਗੀਆਂ। ਤੋ ਇਹ ਜਿਹੜੀ ਸਾਰੀ ਖੇਡ ਚੱਲ ਰਹੀ ਹੈ ਉਹ ਚੱਲ ਰਹੀ ਹੈ ਕਿ ਸਿੱਖੀ ਦੇ ਨਾਲ ਇੱਕ ਵੱਖਰੀ ਕਿਸਮ ਦੀ ਸੱਭਿਅਤਾ, ਇੱਕ ਵੱਖਰੀ ਕਿਸਮ ਦਾ ਸਿਰੜ ਸਿਦਕ ਆਉਂਦਾ, ਉਹ ਅਡੋਲਤਾ ਆਉਂਦੀ ਹੈ। ਜਿਵੇਂ ਭਾਈ ਸਾਹਿਬ ਨੇ ਕੀਰਤਨ ਦੇ ਵਿੱਚ ਸ਼ਬਦ ਪੜ੍ਹਿਆ ਕਿ ਛਾੜ ਰੇ ਮਨ, ਜਿਹੜਾ ਜਦੋਂ ਡਗਮਗ ਜਿਹੜਾ ਉਹ ਡਗਮਗ ਛਾੜ ਦਿਓ, ਡਗਮਗ ਜਦੋਂ ਛੁੱਟ ਜਾਂਦੀ ਹੈ, ਜਦੋਂ ਮਨ ਦਾ ਡਾਵਾਂਡੋਲ ਹੋਣਾ ਛੁੱਟ ਜਾਂਦਾ ਅਤੇ ਮਨ ਕਿਸੇ ਟਿਕਾਅ ਦੇ ਵਿੱਚ ਆ ਜਾਂਦਾ, ਉਦੋਂ ਉਹਨੂੰ ਸੱਚ ਦਿਸਣਾ ਸ਼ੁਰੂ ਹੁੰਦਾ। ਜਦ ਤੱਕ ਮਨ ਟਿਕਾਅ ਵਿੱਚ ਨਹੀਂ ਹੈ, ਇਹਨੂੰ ਬੋਧੀ ਧਰਮ ਦੇ ਵਿੱਚ ਧਿਆਨ ਕਿਹਾ ਜਾਂਦਾ, ਇੱਥੇ ਬਾਣੀ ਵਿੱਚ ਵੀ ਇਹ ਸ਼ਬਦ ਵਰਤਿਆ ਗਿਆ ਗਿਆਨ ਧਿਆਨ। ਤਾਂ ਭਾਵੇਂ ਕਿ ਇਹ ਗਿਆਨ ਧਿਆਨ ਸਾਡੇ ਲਈ ਪਹਿਲੀ ਪੌੜੀ ਹੈ, ਪਰ ਇਹਦੀ ਇਹਦੀ ਮਹੱਤਤਾ ਆ, ਤਾਂ ਅਸੀਂ ਇਹਦੀ ਮਹੱਤਤਾ ਤੋਂ ਲਾਂਭੇ ਨਹੀਂ ਹੋਣਾ। ਪਹਿਲਾਂ ਗਿਆਨ ਦੀ ਵੀ ਇੱਕ ਕਹਿ ਲਓ ਕਿ ਸੇਵਾਦਾਰ ਵਾਲੀ ਭੂਮਿਕਾ ਹੈ ਅਤੇ ਧਿਆਨ ਦੀ ਵੀ, ਅਤੇ ਜਿਹੜਾ ਧਿਆਨ ਹੈ ਉਹ ਕਹਿ ਲਓ ਕਿ ਸਾਡਾ ਇੱਕ ਬਰਤਨ ਹੈ ਜਿਹਦੇ ਵਿੱਚ ਗਿਆਨ ਨੇ ਟਿਕਣਾ। ਤਾਂ ਉਹ ਜਦੋਂ ਗਿਆਨ ਅਤੇ ਧਿਆਨ ਦੋਵੇਂ ਇਕੱਤਰ ਹੋ ਜਾਂਦੇ ਨੇ ਅਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਜਿਹੜੀ ਹੁਣ ਸਧਾਰਨ ਸਾਡੀ ਸਕੂਲ ਐਜੂਕੇਸ਼ਨ ਹੈ, ਕਾਲਜ ਦੀ ਐਜੂਕੇਸ਼ਨ ਹੈ, ਜਿਹੜੀ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਮਹਿੰਗੀ ਫੀਸ ਧਾਰ ਕੇ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਦੇ ਵਿੱਚੋਂ ਇਹ ਚੀਜ਼ ਮਨਫੀ ਹੈ। ਉਹਦੇ ਵਿੱਚ ਬੱਚੇ ਨੂੰ ਇਕਾਗਰਤਾ ਦੇ ਲਈ ਆਸਰੇ ਦੇ ਤੌਰ 'ਤੇ ਉਹ ਮੈਡੀਟੇਸ਼ਨ ਦੀਆਂ ਟੈਕਨੀਕ ਸਿਖਾ ਸਕਦੇ ਹੈ, ਪਰ ਉਹ ਧਰਮ ਦਾ ਰਾਹ ਨਹੀਂ ਉਹਨਾਂ ਨੂੰ ਸਿਖਾ ਸਕਦੇ ਜਿਹੜਾ ਕਿ ਸਾਡੀਆਂ ਪਰੰਪਰਾਵਾਂ ਦੇ ਵਿੱਚੋਂ ਉਹਨੂੰ ਮਿਲਣਾ ਸੀ। ਹੁਣ ਅੰਗਰੇਜ਼ਾਂ ਨੇ ਆ ਕੇ ਸਾਡੇ ਨਾਲ ਧੱਕਾ ਕੀ ਕੀਤਾ ਕਿ ਇੱਥੇ ਸਿੱਖਿਆ ਦਾ ਪ੍ਰਬੰਧ ਵੀ ਸੀ, ਇੱਥੇ ਸਿਹਤ ਦਾ ਪ੍ਰਬੰਧ ਵੀ ਸੀ। ਜਿਹੜੇ ਸਾਡੇ ਵੈਦ ਸਨ ਉਹ ਬਹੁਤ ਉੱਚ ਕੋਟੀ ਦੇ ਵੈਦ ਸਨ, ਉਹਨਾਂ ਨੇ ਜਿਹੜੀਆਂ ਦਵਾਈਆਂ ਬਣਾਈਆਂ ਉਹਨਾਂ ਦਵਾਈਆਂ ਨੂੰ ਹੀ ਬਾਅਦ ਵਿੱਚੋਂ ਮਸ਼ੀਨਾਂ 'ਚੋਂ ਲੰਘਾ ਕੇ ਗੋਲੀਆਂ ਦੇ ਵਿੱਚ ਪੈਕ ਕੀਤਾ ਗਿਆ। ਇਹ ਸਿਰਫ ਮਸ਼ੀਨੀਕਰਨ ਹੈ, ਜਿਵੇਂ ਆਪਾਂ ਕਹਿ ਲਈਏ ਕਿ ਜੇ ਸਧਾਰਨ ਪਾਣੀ ਹੈ ਆਪਣੇ ਘਰਾਂ ਦੇ ਵਿੱਚ, ਤਾਂ ਜਦੋਂ ਉਹ ਕਿਸੇ ਮਸ਼ੀਨ 'ਚੋਂ ਲੰਘ ਜਾਂਦਾ ਤਾਂ ਉਹ ਪਾਣੀ ਜਿਹੜਾ ਹੈ ਉਹ 20 ਰੁਪਏ ਲੀਟਰ ਹੋ ਜਾਂਦਾ। ਜਿਵੇਂ ਦੁੱਧ ਹੈ ਉਹ ਸਾਡੇ ਕੋਲ ਜਦੋਂ ਦੁੱਧ ਅਸੀਂ ਵੇਚਦੇ ਹਾਂ ਕਿਸੇ ਨੂੰ
ਤੇ ਉਹ 60-70 ਰੁਪਏ ਜਾਂਦਾ ਤੇ ਜਦੋਂ ਉਹ ਪ੍ਰੋਸੈਸ ਹੋ ਕੇ ਮਸ਼ੀਨ ਚੋਂ ਨਿਕਲਦਾ ਤੇ ਫਿਰ ਉਹ 200-300-400 ਰੁਪਏ ਤੱਕ ਵੀ ਚਲਾ ਜਾਂਦਾ। ਇਸੇ ਤਰ੍ਹਾਂ ਬਿਸਕੁਟ ਹੈ, ਜਿਵੇਂ ਸਾਡੀ ਜਿਹੜੀ ਕਣਕ ਹੈ ਉਹ ਸਾਡੇ ਕੋਲੋਂ ਜਿਹੜੀ ਵੱਧ ਤੋਂ ਵੱਧ 20 ਰੁਪਏ ਜਾਂਦੀ ਹੈ ਤੇ ਜਦੋਂ ਉਹਦੇ ਬਿਸਕੁਟ ਬਣ ਜਾਂਦੇ ਆ ਤੇ ਉਹ ਬਹੁਤ ਮਹਿੰਗੇ ਚਲੇ ਜਾਂਦੇ। ਉਹ ਸਾਰੀ ਜਿਹੜੀ ਸੱਭਿਅਤਾ ਹੈ ਉਹ ਸੱਭਿਅਤਾ ਮਸ਼ੀਨ ਨਾਲ ਜੁੜੀ ਹੋਈ ਹੈ ਤੇ ਅੰਗਰੇਜ਼ ਇਹ ਵਾਲੀ ਸੱਭਿਅਤਾ ਲੈ ਕੇ ਇੱਥੇ ਆਏ ਸਨ ਤੇ ਉਹਨਾਂ ਨੇ ਆ ਕੇ ਜਿਹੜਾ ਸਹਿਜ ਜਿਹੜਾ ਸਿਰੜ ਸਿਦਕ ਇੱਥੋਂ ਦੀ ਧਰਤੀ ਵਿੱਚ ਸੀਗਾ, ਜਿਵੇਂ ਸਾਡੀ ਸੱਭਿਅਤਾ ਦੇ ਵਿੱਚ ਤੇਜ਼ੀ ਨਹੀਂ ਸੀ ਜਿਹੜੀ ਅੰਗਰੇਜ਼ਾਂ ਨੇ ਲੈ ਕੇ ਆਉਂਦੀ, ਨਾ ਹੀ ਆਵਾਜਾਈ ਦੇ ਵਿੱਚ ਤੇਜ਼ੀ ਸੀ, ਨਾ ਹੀ ਵਪਾਰ ਦਾ ਜਿਹੜਾ ਸਮਾਨ ਹੈ ਇੱਧਰ ਉੱਧਰ ਲੈ ਕੇ ਜਾਣ ਵਿੱਚ ਤੇਜ਼ੀ ਸੀ, ਨਾ ਹੀ ਸੁਭਾਅ ਵਿੱਚ ਤੇਜ਼ੀ ਸੀ। ਇਸਲਾਮ ਵੀ ਮੰਨਦਾ ਕਿ ਜਿਹੜੀ ਕਾਹਲੀ ਹੈ, ਤੇਜ਼ੀ ਹੈ, ਚਲਾਕੀ ਹੈ, ਇਹ ਸ਼ੈਤਾਨ ਦਾ ਕੰਮ ਹੈ ਅਤੇ ਸਿੱਖੀ ਵੀ ਇਹ ਮੰਨਦੀ ਹੈ ਤਾਂ ਕੁਛ ਗੱਲਾਂ ਦੀ ਇਹਨਾਂ ਦੇ ਵਿੱਚ ਸਾਂਝ ਵੀ ਹੈ। ਤਾਂ ਇਹਨਾਂ ਨੇ ਉਹਨੂੰ ਉਸ ਸਹਿਜ ਨੂੰ ਆ ਕੇ ਤੋੜਿਆ ਅਤੇ ਉਹਦੇ ਨਾਲ ਜਿਹੜਾ ਸੰਚਾਰ ਆ ਉਹਦੇ ਸਾਧਨਾਂ ਨੂੰ ਜੋੜ ਕੇ ਸਪੀਡ ਨੂੰ ਵਧਾ ਦਿੱਤਾ। ਜਿਵੇਂ ਇਹ ਜਿਹੜੀ ਰੇਲ ਹੈ ਇਹ ਸਮਾਨ ਦੀ ਆਵਾਜਾਈ ਜਾਂ ਸਾਡੇ ਸਫ਼ਰ ਦੀ ਸਪੀਡ ਨੂੰ ਵਧਾਉਂਦੀ ਹੈ, ਇਸੇ ਤਰ੍ਹਾਂ ਜਿਹੜਾ ਡਾਕ ਆ, ਤਾਰ ਆ, ਟੈਲੀਫੋਨ ਆ ਗਿਆ, ਬਾਅਦ ਚੋਂ ਉਹ 'ਚੋਂ ਮੋਬਾਈਲ ਆ ਗਿਆ, ਹੋਰ ਚੀਜ਼ਾਂ ਆ ਗਈਆਂ, ਟੈਲੀਵਿਜ਼ਨ ਆ ਗਿਆ, ਰੇਡੀਓ ਆਇਆ, ਪਹਿਲਾਂ ਫਿਰ ਟੈਲੀਵਿਜ਼ਨ ਆ ਗਿਆ, ਹੁਣ ਇੰਟਰਨੈੱਟ ਆ ਗਿਆ। ਤਾਂ ਇਹਨਾਂ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ ਜਿਹੜਾ ਸਹਿਜ ਆ, ਸੰਤੋਖ ਆ, ਉਹਨੂੰ ਖਤਮ ਕੀਤਾ। ਹੁਣ ਇਹ ਇੱਕ ਸੱਭਿਅਤਾ ਆ ਅਤੇ ਸੱਭਿਅਤਾ ਇਹ ਸਾਰੀ ਸੱਭਿਅਤਾ ਸਾਡੀ ਇੱਥੋਂ ਵਾਲੀ ਜਿਹੜੀ ਮੁੱਢਲੀ ਸੱਭਿਅਤਾ ਸੀਗੀ ਉਸ ਸੱਭਿਅਤਾ ਨੂੰ ਦਰੜ ਕੇ ਸਥਾਪਿਤ ਕੀਤੀ ਹੋਈ ਨਵੀਂ ਸੱਭਿਅਤਾ ਹੈ, ਜਿਹਨੂੰ ਆਪਾਂ ਆਧੁਨਿਕਤਾ, ਮੋਡਰਨਿਟੀ ਕਹਿੰਦੇ। ਤਾਂ ਇਹ ਜਿਹੜਾ ਟਕਰਾਅ ਆ ਪੰਜਾਬ ਸਾਹਿਬ ਦੇ ਸਥਾਨ 'ਤੇ ਵਾਪਰਿਆ ਦੂਸਰੀ ਵਾਰ, ਪਹਿਲੀ ਵਾਰ ਇਹ ਵਾਪਰਿਆ ਜਦੋਂ ਇਸਲਾਮ ਨੇ ਆਪਣੀ ਸੱਭਿਅਤਾ ਇੱਥੇ ਫੈਲਾਉਣੀ ਸ਼ੁਰੂ ਕੀਤੀ ਅਤੇ ਉਹਦੇ ਵਿੱਚ ਜਿਹੜਾ ਨੁਕਸ ਸੀਗਾ, ਉਹਦੇ ਵਿੱਚ ਜਿਹੜੀ ਘਾਟ ਸੀਗੀ, ਉਹਦੇ ਵਿੱਚ ਜਿਹੜੇ ਹਉਮੈ ਦੇ ਗੜ ਸੀਗੇ ਉਹਨਾਂ ਨੂੰ ਤੋੜਨ ਵਾਸਤੇ ਗੁਰੂ ਨਾਨਕ ਸਾਹਿਬ ਨੇ ਪੰਜੇ ਨੂੰ ਥੰਮਿਆ। ਅਤੇ ਉਸ ਤੋਂ ਬਾਅਦ ਜਦੋਂ ਦੂਜੀ ਵਾਰ ਇੱਥੇ ਉਸੇ ਹੀ ਇਸਲਾਮਿਕ ਪਰੰਪਰਾ ਦੇ ਇੱਕ ਹੋਰ ਭਾਈਵਾਲ ਜਿਹਦੀ ਜੜ ਜਿਹੜੀ ਹੈ ਉਸੇ ਹੀ ਧਰਤੀ 'ਤੇ ਸੈਮਟਿਕ ਟ੍ਰੈਡੀਸ਼ਨ ਵਿੱਚ ਪਈ ਹੋਈ ਹੈ ਜਿੱਥੋਂ ਇਸਲਾਮ ਪੈਦਾ ਹੋ ਕੇ ਆਇਆ, ਤਾਂ ਉਹਦੇ ਨਾਲ ਫਿਰ ਸਿੱਖੀ ਦਾ ਟਕਰਾਅ ਹੁੰਦਾ। ਅਤੇ ਤੀਜੀ ਵਾਰੀ ਫਿਰ 1984 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਟਕਰਾਅ ਹੁੰਦਾ ਜਦੋਂ ਟੈਂਕਾਂ ਦੇ ਅੱਗੇ ਸਿੱਖ ਖੜ੍ਹਦੇ ਆ। ਤਾਂ ਇਹ ਤਿੰਨਾਂ ਸੱਭਿਅਤਾਵਾਂ ਦੇ ਵਿੱਚ ਜਿਹੜੀ ਚੀਜ਼ ਸਾਂਝੀ ਕੰਮ ਕਰ ਰਹੀ ਹੈ ਉਹ ਹਉਮੈ ਕੰਮ ਕਰ ਰਹੀ ਹੈ, ਜਾਂ ਇੱਥੋਂ ਦੀ ਸੱਭਿਅਤਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ, ਉਦੋਂ ਫਿਰ ਇੱਥੋਂ ਦੀ ਸੱਭਿਅਤਾ ਜਿਹੜੀ ਹੈ ਉਹ ਸਿੱਖੀ ਦੇ ਆਸਰੇ ਦੇ ਨਾਲ ਉਸ ਜ਼ੁਲਮ ਦੇ ਸਾਹਮਣੇ, ਉਹਦੀਆਂ ਵੱਡੀਆਂ ਸ਼ਕਤੀਆਂ ਦੇ ਸਾਹਮਣੇ ਆਪਣੀ ਹਿੱਕ ਨੂੰ ਉਡਾਉਂਦੀ ਹੈ। ਤਾਂ ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਕਿ ਜੋ ਇਹ ਦਿਸਦਾ ਆ ਇਹਦੇ ਥੱਲੇ ਬਹੁਤ ਡੂੰਘੀ ਹੋਰ ਇੱਕ ਕਾਰਨਾਂ ਦੀ ਲੜੀ ਪਈ ਹੋਈ ਹੈ, ਉਹਨੂੰ ਸਮਝਣ ਦੇ ਲਈ ਸਾਨੂੰ ਯਤਨ ਕਰਨੇ ਚਾਹੀਦੇ ਅਤੇ ਵੱਧ ਤੋਂ ਵੱਧ ਉਹਦੇ 'ਤੇ ਚਰਚਾ ਚਲਾਉਣੀ ਚਾਹੀਦੀ ਹੈ। ਭਾਵੇਂ ਕਿ ਆਪਾਂ ਅੱਜ ਦੀ ਇਸ ਜਿਹੜੀ ਆਪਾਂ ਕਰ ਰਹੇ ਹਾਂ ਵਿਆਖਿਆ, ਇਹਦੇ ਵਿੱਚ ਸੀਮਤ ਸਮਾਂ ਹੋਣ ਕਰਕੇ ਇੱਕ ਨੁਕਤਾ ਹੀ ਵਿਚਾਰਿਆ ਹੈ। ਉਹ ਨੁਕਤਾ ਹੈ ਜਿਹੜਾ ਉਹ ਹੈ ਕਿ ਇਹ ਦੋ ਸੱਭਿਅਤਾਵਾਂ ਦਾ ਭੇੜ ਹੈ, ਉਹਦੇ ਵਿੱਚ ਜਿਹੜੀ ਇੱਥੋਂ ਦੀ ਸੱਭਿਅਤਾ ਨੇ ਪਹਿਲਾਂ ਉਚਾਈ ਪੈਦਾ ਕੀਤੀ ਹੈ ਉਹਨੂੰ ਜਾਣਨਾ ਪਵੇਗਾ, ਅਤੇ ਫਿਰ ਜਿਹੜੀ ਦੂਸਰੀ ਸੱਭਿਅਤਾ ਦੇ ਵਿੱਚ ਉਚਾਈ ਪਈ ਹੋਈ ਹੈ ਉਹਦੇ ਨਾਲ ਸਾਡਾ ਕੀ ਸੰਬੰਧ ਬਣਨਾ ਚਾਹੀਦਾ ਆ, ਅਸੀਂ ਉਸ ਉਚਾਈ ਨੂੰ ਆਪਣੇ ਇਸ ਉਚਾਈ ਦੇ ਸਾਹਮਣੇ ਕੀ ਥਾਂ ਦੇਣਾ ਆ, ਇਹਦੇ 'ਤੇ ਗੱਲ ਹੋ ਸਕਦੀ ਸੀ। ਪਰ ਗੁਲਾਮੀ ਕੀ ਹੁੰਦੀ ਹੈ? ਗੁਲਾਮੀ ਇਹ ਹੁੰਦੀ ਹੈ ਕਿ ਕੋਈ ਤੁਹਾਡੀ ਸੱਭਿਅਤਾ ਦੀ ਉੱਚੀ ਕੀਮਤ ਨੂੰ ਜਦੋਂ ਦਰੜ ਦਿੰਦਾ ਹੈ ਆਪਣੇ ਉਸ ਭਾਰੀ ਭਰਕਮ ਰੇਲ ਜਾਂ ਟੈਂਕ ਦੇ ਪਹੀਆਂ ਦੇ ਥੱਲੇ, ਤਾਂ ਫਿਰ ਇਸ ਨੂੰ ਗੁਲਾਮੀ ਕਿਹਾ ਜਾਂਦਾ ਹੈ ਕਿ ਤੁਹਾਡੀਆਂ ਕੀਮਤਾਂ ਦਾ, ਤੁਹਾਡੀਆਂ ਉਹਨਾਂ ਉੱਚੀਆਂ ਜਿਹੜੀਆਂ ਛਾਨਾਂ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਪੈਂਦੀ ਉਹਨਾਂ ਦੇ ਸਾਹਮਣੇ, ਅਤੇ ਉਹਨਾਂ ਨੂੰ ਥੱਲੇ ਦਰੜਿਆ ਜਾ ਰਿਹਾ ਹੁੰਦਾ, ਬਸ ਇਹੋ ਹੀ ਗੁਲਾਮੀ ਹੁੰਦੀ ਹੈ। ਤਾਂ ਇਹਦੇ ਵਿੱਚੋਂ ਨਿਕਲਣ ਦੇ ਲਈ ਸਾਨੂੰ ਸੰਘਰਸ਼ ਕਰਨਾ ਪੈਂਦਾ, ਅਤੇ ਉਸ ਸੰਘਰਸ਼ ਦੇ ਵਿੱਚੋਂ ਜਿਹੜੀਆਂ ਸਾਡੇ ਕੋਲ ਵੱਡੀਆਂ ਨਿਆਮਤਾਂ ਆਉਂਦੀਆਂ ਨੇ, ਅਸੀਂ ਸੰਘਰਸ਼ ਲੜਿਆ, ਉਹ ਸੰਘਰਸ਼ ਅਜੇ ਵੀ ਜਾਰੀ ਹੈ, ਕਿਸੇ ਹੱਦ ਤੱਕ ਚੀਜ਼ਾਂ ਨੂੰ ਪੋਸਟਪੋਨ ਕਰਨਾ ਪੈਂਦਾ। ਇਹ ਗੱਲ ਹੀਗਲ ਵੀ ਕਹਿੰਦਾ ਕਿ ਜਦੋਂ ਤਕੜਾ ਜਿਹੜਾ ਆ
ਉਹ ਇੰਨੀ ਤਕੜਾਈ ਵਿੱਚ ਆ ਜਾਵੇ ਕਿ ਉਹਦੇ 'ਚ ਜਿਹੜੀ ਆਪਣੀ ਲੜਾਈ ਨੂੰ ਜਾਰੀ ਰੱਖਣ ਵਾਸਤੇ ਕਈ ਵਾਰੀ ਉਸ ਲੜਾਈ ਨੂੰ ਪੋਸਟਪੋਨ ਕਰਨਾ ਪੈਂਦਾ, ਤਾਂ ਅਸੀਂ ਥੋੜ੍ਹਾ ਚਿਰ ਲਈ ਆਪਣੀ ਲੜਾਈ ਪੋਸਟਪੋਨ ਕੀਤੀ ਹੋਈ ਹੈ ਤਾਂ ਕਿ ਅਸੀਂ ਕਪੈਸਿਟੀ ਬਿਲਡਿੰਗ ਕਰ ਸਕੀਏ, ਅਤੇ ਉਸ ਕਪੈਸਿਟੀ ਬਿਲਡਿੰਗ ਦੇ ਵਿੱਚ ਇਹ ਸਾਰਾ ਕੁਛ ਆਉਂਦਾ ਜਿਹਦੇ ਵਿੱਚ ਦੇਗ ਤੇਗ ਫਤਿਹ ਹੈ। ਤਾਂ ਦੇਗ ਤੇਗ ਫਤਿਹ ਜਿਹੜੀ ਹੈ ਉਹ ਸ਼ਸਤਰ ਦੇ ਨਾਲ ਤਾਂ ਫਤਿਹ ਹੈ, ਤਾਂ ਜਿਹੜੀ ਦੇਗ ਦੀ ਫਤਿਹ ਹੈ ਉਹ ਸਾਰਾ ਇਸ ਤਰ੍ਹਾਂ ਦਾ ਜਿਹੜਾ ਗਿਆਨ ਹੈ ਉਹਦੀ ਫਤਿਹ ਨੂੰ ਆਪਾਂ ਦੇਗ ਤੇਗ ਫਤਿਹ ਕਹਿੰਦੇ ਹਾਂ। ਤਾਂ ਇਸ ਜਿਹੜੀ ਇਹ ਸਾਖੀ ਵਾਪਰੀ ਹੈ ਜਿਹਦੇ ਵਿੱਚ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਦੀ ਸ਼ਹਾਦਤ ਹੁੰਦੀ ਹੈ, ਇਸ ਸਾਖੀ ਦੇ ਥੱਲੇ ਜਿਹੜੀ ਗੱਲ ਪਈ ਹੋਈ ਆ, ਜਿਹੜੀ ਸਮਝਣ ਵਾਲੀ ਗੱਲ ਹੈ ਉਹ ਇਹ ਹੈ ਕਿ ਜਦੋਂ ਇੱਥੋਂ ਦੀ ਸੱਭਿਅਤਾ ਇੰਨੀ ਉੱਚੀ ਸੱਭਿਅਤਾ ਹੈ ਕਿ ਸਾਡੇ ਜਿਹੜੇ ਸਿੰਧੂ ਘਾਟੀ ਦੇ ਪੁਰਾਣੇ ਸ਼ਹਿਰ ਮਿਲੇ ਆ ਉਹਨਾਂ ਦੀ ਉਮਰ 5000 ਸਾਲ ਹੈ, ਅਤੇ ਜਿਹੜੇ ਅੰਗਰੇਜ਼ ਦੇ ਵੱਧ ਤੋਂ ਵੱਧ ਪੁਰਾਣੇ ਸ਼ਹਿਰ ਮਿਲੇ ਆ ਉਹਨਾਂ ਦੀ ਉਮਰ ਵੱਧ ਤੋਂ ਵੱਧ 700-800 ਜਾਂ 1000 ਸਾਲ ਅਤੇ 2000 ਸਾਲ ਤੱਕ, 2000 ਸਾਲ ਤੋਂ ਪੁਰਾਣੀ ਉਹਨਾਂ ਦੇ ਕੋਲ ਕੋਈ ਚੀਜ਼ ਨਹੀਂ। ਅੰਗਰੇਜ਼ੀ ਭਾਸ਼ਾ ਅਤੇ ਪੰਜਾਬੀ ਦੀ ਗੱਲ ਕਰ ਲਓ ਤਾਂ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਉਹਦੀ ਉਮਰ ਵੀ 600-700 ਸਾਲ ਹੈ, ਅਤੇ ਜਿਹੜੀ ਸਾਡੀ ਪਰੰਪਰਾ ਹੈ ਜਿਹੜੀ ਗੁਰਮੁਖੀ ਲਿਪੀ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਬਣਾ ਕੇ ਦਿੱਤੀ ਹੈ ਉਹਦੇ ਵਿੱਚ ਜਿੰਨੀਆਂ ਵੀ ਬੋਲੀਆਂ ਨੂੰ ਬੰਨਿਆ ਗਿਆ, ਉਹਨਾਂ ਭਾਸ਼ਾਵਾਂ ਦੇ ਇਤਿਹਾਸ ਵੱਲ ਜਾਈਏ ਤਾਂ ਉਹ ਬੋਲੀ ਦੇ ਤੌਰ 'ਤੇ ਜਿਹੜੇ ਨੇ ਉਹ 5-5 ਹਜ਼ਾਰ ਸਾਲ 7-7 ਹਜ਼ਾਰ ਸਾਲ ਪਿੱਛੇ ਤੱਕ ਜਾਂਦੇ ਨੇ, ਭਾਵ ਕਿ ਜਿਹੜੀ ਸਾਡੀ ਬੋਲੀ ਹੈ ਇਹ ਵੀ ਉਹਨਾਂ ਨਾਲੋਂ ਪੁਰਾਣੀ ਹੈ, ਸਾਡੀ ਸੱਭਿਅਤਾ ਉਹਨਾਂ ਨਾਲੋਂ ਵਿਕਸਿਤ ਹੈ। ਜਿਹੜੀ ਇਲਾਜ ਦੀ ਪ੍ਰਣਾਲੀ ਹੈ ਉਹਦੇ ਪਿੱਛੇ ਜਾ ਕੇ ਦੇਖੋ, ਜਿਹੜਾ ਆਯੁਰਵੇਦ ਹੈ ਭਾਵੇਂ ਬ੍ਰਾਹਮਣ ਹੁਣ ਉੱਤੇ ਕਬਜ਼ਾ ਕਰਨ ਨੂੰ ਫਿਰਦਾ ਅਤੇ ਉਹ ਨਵੇਂ ਬੱਚਿਆਂ ਨੂੰ ਇਹੋ ਹੀ ਪੜ੍ਹਾ ਰਿਹਾ ਕਿ ਇਹ ਬ੍ਰਾਹਮਣੀ ਸੱਭਿਅਤਾ ਹੈ, ਉਹ ਬਿਲਕੁਲ ਬ੍ਰਾਹਮਣੀ ਸੱਭਿਅਤਾ ਨਹੀਂ ਹੈ, ਉਹ ਇੱਥੋਂ ਦੇ ਮੂਲ ਵਾਸੀਆਂ ਦਾ ਇਹ ਜਿਹੜਾ ਆ ਉਹ ਗ੍ਰੰਥ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਜਿੰਨੀ ਸਾਡੇ ਜਿਹੜੇ ਚਿਕਿਤਸਾ ਨਾਲ ਜੁੜੇ ਹੋਏ ਜਿਹੜੇ ਬਰਾਦਰੀਆਂ ਦੇ ਵਿੱਚ ਤੁਸੀਂ ਦੇਖੋ ਉਹ ਸਾਰੀਆਂ ਬਰਾਦਰੀਆਂ ਗੈਰ ਬ੍ਰਾਹਮਣ ਹਨ, ਜਿਵੇਂ ਦਾਈ ਦਾ ਕੰਮ ਕਰਨ ਵਾਲੀਆਂ ਸਾਡੀਆਂ ਮਾਈਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਉਹ ਗੈਰ ਬ੍ਰਾਹਮਣ ਹੋਣਗੀਆਂ, ਲੱਤਾਂ ਪਾਵਾਂ ਬੰਨਣ ਵਾਲੇ ਬੰਦੇ ਗੈਰ ਬ੍ਰਾਹਮਣ ਹੋਣਗੇ, ਜਿਹੜੇ ਹੋਰ ਚਮੜੀ ਦੀ ਦਵਾਈ ਦੇਣ ਵਾਲੇ ਗੈਰ ਬ੍ਰਾਹਮਣ ਹੋਣਗੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚਿਕਿਤਸਾ ਦੀਆਂ ਪ੍ਰਣਾਲੀਆਂ ਨੇ ਜਿਹੜੀਆਂ ਗੈਰ ਬ੍ਰਾਹਮਣੀ ਹਨ, ਉਹ ਇੱਥੋਂ ਦੇ ਮੂਲ ਵਾਸੀਆਂ ਦਾ ਗ੍ਰੰਥ ਸੀਗਾ ਆਯੁਰਵੇਦ, ਜਿਹਨੂੰ ਪੰਜਵਾਂ ਵੇਦ ਕਹਿ ਕੇ ਉਹਨਾਂ ਨੇ ਆਪਣੀ ਸੱਭਿਅਤਾ ਵਿੱਚ ਜੋੜਨ ਦੀ ਕੋਸ਼ਿਸ਼ ਕੀਤੀ, ਜਿਹਦੇ ਨੁਮਾਇੰਦੇ ਟੈਂਕ ਲੈ ਕੇ ਦਰਬਾਰ ਸਾਹਿਬ 'ਤੇ ਚੜ੍ਹੇ ਸਨ 1984 ਦੇ ਵਿੱਚ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕਿ ਸਾਡੀ ਸੱਭਿਅਤਾ ਹੈ ਕੀ, ਗੰਗਾ ਜਮੁਨਾ ਤੋਂ ਇੱਧਰ ਜਿਹੜੀ ਸੱਭਿਅਤਾ ਹੈ ਇਹ ਜਿਹੜੀ ਪਰੇ ਦਰਾ ਖੈਬਰ ਤੱਕ ਜਾਂਦੀ ਹੈ ਸਾਡੀ ਸੱਭਿਅਤਾ, ਇਸ ਖਿੱਤੇ ਦੀ ਸਾਰੀ ਸੱਭਿਅਤਾ, ਇਹਦੇ ਵਿੱਚ ਉਚਾਈਆਂ ਕੀ ਨੇ, ਅਤੇ ਜਦੋਂ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਦਾ ਰਾਜ ਹੋ ਗਿਆ ਅਤੇ ਅਸੀਂ ਉਹਨਾਂ ਦੇ ਉਸ ਪ੍ਰਭਾਵ ਤੋਂ ਕਿਵੇਂ ਬਚੇ ਰਹੇ, ਕਿਹੜੀ ਉਹ ਐਸੀ ਸ਼ਕਤੀ ਸੀ ਜਿਹਦੇ ਕਰਕੇ ਸਾਰਾ ਹਿੰਦੁਸਤਾਨ ਗੁਲਾਮ ਹੋ ਗਿਆ ਪਰ ਸਿੱਖ ਉਹਦੇ ਗੁਲਾਮ ਨਹੀਂ ਹੋਏ, ਜਦ ਤੱਕ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਅੱਖਾਂ ਨਹੀਂ ਮੀਟ ਗਿਆ। ਉਸ ਤੋਂ ਬਾਅਦ ਵੀ 10 ਸਾਲ ਲੱਗੇ ਅੰਗਰੇਜ਼ ਨੂੰ ਆਪਣੇ ਉਸ ਦਬਦਬੇ ਨੂੰ ਇੱਥੇ ਬਣਾਉਣ ਦੇ ਲਈ, ਤਾਂ ਭਾਵੇਂ ਉਹਨਾਂ ਨੇ ਬਾਅਦ 'ਚੋਂ ਦਬਦਬਾ ਬਣਾ ਲਿਆ ਅਤੇ ਅਸੀਂ ਉਸ ਦਬਦਬੇ ਦੇ ਅਧੀਨ ਹੋਰ ਬਹੁਤ ਕੁਛ ਆਪਣਾ ਗਵਾ ਲਿਆ, ਪਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਸਾਡੀ ਸੱਭਿਅਤਾ ਦੇ ਵਿੱਚ ਕਿੰਨੀਆਂ ਉਚਾਈਆਂ ਪਈਆਂ ਸਨ, ਕੀ ਸਾਡੇ ਕੋਲ ਉਸ ਵੇਲੇ ਹਥਿਆਰ ਬਣਾਉਣ ਦੀ ਤਕਨੀਕ ਨਹੀਂ ਸੀ, ਕਿੰਨੀ ਜ਼ਬਰਦਸਤ ਗੱਲ ਜਿਹੜੀ ਹੈ ਉਹ ਸਿੱਖਾਂ ਬਾਰੇ ਲਿਖੀ ਗਈ ਕਿ ਸਿੱਖਾਂ ਦੀ ਜਿਹੜੀ ਬੰਦੂਕ ਹੈ ਉਹਦਾ ਨਿਸ਼ਾਨਾ ਦੁਨੀਆ ਵਿੱਚ ਉਹ ਕਿਸੇ ਨਾਲ ਕੋਈ ਉਹਦਾ ਸਾਨੀ ਨਹੀਂ ਹੈ, ਉਹਦਾ ਮੁਕਾਬਲਾ ਨਹੀਂ ਹੈ। ਉਹ ਕਿਸੇ ਨੇ ਇਤਿਹਾਸਕਾਰ ਨੇ ਸ਼ਾਇਦ ਖਾਫੀ ਖਾਨ ਨੇ ਲਿਖਿਆ ਕਿ ਇਹ ਬੰਦੂਕ ਸ਼ਾਇਦ ਲੁਕਮਾਨ ਨੇ ਬਣਾਈ ਹੋਵੇ, ਪਰ ਇਸ ਨੂੰ ਚਲਾਉਣ ਦਾ ਵੱਲ ਜਿਹੜਾ ਉਹ ਸਿੱਖਾਂ ਤੋਂ ਵੱਧ ਹੋਰ ਕਿਸੇ ਨੂੰ ਨਹੀਂ ਆਉਂਦਾ। ਕੀ ਸਾਡੇ ਕੋਲ ਉਹ ਟੈਕਨੋਲੋਜੀ ਉਸ ਵੇਲੇ ਜਿਹੜੀ ਸੀਗੀ ਲੇਟੈਸਟ ਉਹ ਨਹੀਂ ਸੀ, ਉਹ ਸਾਰਾ ਕੁਝ ਸਾਡੇ ਕੋਲ ਸੀ, ਕਿੰਨੀ ਕਿੰਨੀ ਸਾਡੇ ਬੰਦੇ ਜਿਹੜੇ ਸਨ ਉਹ ਦੂਰ ਨਿਸ਼ਾਨਾ ਲਾ ਲੈਂਦੇ ਸਨ, ਮਹਾਰਾਜ ਨੇ ਕਿੰਨੀ ਕਿੰਨੀ ਤਰ੍ਹਾਂ ਦੀ ਸ਼ਸਤਰ ਵਿੱਦਿਆ ਸਾਨੂੰ ਦਿੱਤੀ, ਔਰ ਬਹੁਤ ਉਹ ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਉੱਚੀਆਂ ਕੀਮਤਾਂ ਨੇ, ਕੀ ਇੱਥੇ ਨਿਜ਼ਾਮ ਨਹੀਂ ਸੀ, ਕੀ ਇੱਥੇ ਪੰਚਾਇਤ ਨਹੀਂ ਸੀ, ਕੀ ਇੱਥੇ ਲੋਕਾਂ ਦੇ ਝਗੜੇ ਨਿਬੇੜੇ ਨਹੀਂ ਸਨ ਜਾਂਦੇ, ਜਿਹੜਾ ਵਾਜਬੁਲ ਅਰਜ਼ ਹੈ ਜਿਹਦੇ ਆਧਾਰ 'ਤੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਛੋਟੇ ਲੈਵਲ ਤੱਕ ਨਿਆਂ ਦੀ ਵੰਡ ਕੀਤੀ ਗਈ ਸੀਗੀ ਕਿ ਪਿੰਡ ਦੀ ਜਿਹੜੀ ਪੰਚਾਇਤ ਹੈ
ਉਹ ਇੱਕ ਮੁਕੰਮਲ ਇਕਾਈ ਦੇ ਰੂਪ ਵਿੱਚ ਕੰਮ ਕਰਦੀ ਸੀ ਅਤੇ ਉਹਦੇ ਕੀਤੇ ਹੋਏ ਫੈਸਲੇ ਨੂੰ ਉੱਪਰ ਤੱਕ ਕੋਈ ਤੋੜ ਨਹੀਂ ਸੀ ਸਕਦਾ। ਜਿਹੜੇ ਇਲਾਕੇ ਵਿੱਚ ਮੁਸਲਮਾਨਾਂ ਦੀ ਆਬਾਦੀ ਸੀ ਉਹਨਾਂ ਦੇ ਜਿਹੜੇ ਝਗੜੇ ਸਨ ਉਹ ਮੁਸਲਮਾਨੀ ਕਾਨੂੰਨ ਦੇ ਮੁਤਾਬਕ ਨਿਬੇੜੇ ਜਾਂਦੇ ਸਨ ਅਤੇ ਜਿਹੜੇ ਇਲਾਕੇ 'ਚ ਹਿੰਦੂਆਂ ਦੀ ਆਬਾਦੀ ਸੀ ਉਹਨਾਂ ਦੇ ਝਗੜੇ ਹਿੰਦੂਆਂ ਦੇ ਕਾਨੂੰਨ ਦੇ ਮੁਤਾਬਕ ਨਿਬੇੜੇ ਜਾਂਦੇ ਸਨ। ਜਿੱਥੇ ਸਿੱਖਾਂ ਦੀ ਆਬਾਦੀ ਸੀ ਉੱਥੇ ਪੈਦਾ ਹੋਣ ਵਾਲੇ ਝਗੜੇ ਜਿਹੜੇ ਆ ਉਹ ਸਿੱਖਾਂ ਦੇ ਜਿਹੜੇ ਨਿਯਮ ਨੇ ਕਾਨੂੰਨ ਨੇ ਉਹਦੇ ਮੁਤਾਬਕ ਨਿਬੇੜੇ ਜਾਂਦੇ ਸਨ। ਤਾਂ ਜਦੋਂ ਸਾਡੇ ਕੋਲ ਸਾਰੇ ਨਿਜ਼ਾਮ ਦੀ ਸਾਡੇ ਕੋਲ ਪ੍ਰਬੰਧ ਹੈਗਾ, ਸਾਡੇ ਕੋਲ ਹਿਕਮਤ ਦਾ ਪ੍ਰਬੰਧ ਹੈਗਾ, ਗਿਆਨ ਦਾ ਪ੍ਰਬੰਧ ਹੈਗਾ, ਜਿਵੇਂ ਲਾਈਟਨਰ ਦੀ ਕਿਤਾਬ ਆਈ ਹੈ ਉਹਨੇ ਲਿਖਿਆ ਕਿ ਇੰਡੀਜਨਸ ਸਿਸਟਮ ਜਿਹੜਾ ਸੀਗਾ ਐਜੂਕੇਸ਼ਨ ਦਾ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਪੰਜਾਬ ਵਿੱਚ ਵਿੱਦਿਆ ਦਾ ਪ੍ਰਬੰਧ ਸੀਗਾ, ਉਹਨੇ ਸਕੂਲਾਂ ਦੀ ਗਿਣਤੀ ਲਿਖੀ ਹੈ, ਉਹਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਿਖੀ ਹੈ, ਈਵਨ ਕਿ ਉਹਨੇ ਇਹ ਲਿਖਿਆ ਕਿ ਉਸ ਵੇਲੇ ਇੱਥੇ ਬੱਚੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਸੀਗਾ। ਯੂਰਪ ਦੇ ਵਿੱਚ ਇਹ ਕਿੱਥੇ ਸੀਗਾ ਉਸ ਵੇਲੇ? ਯੂਰਪ ਦੇ ਭੇਡਾਂ ਚਾਰਨ ਵਾਲਿਆਂ ਦੀ ਸੱਭਿਅਤਾ ਸੀ ਉਸ ਵੇਲੇ, ਜਦੋਂ ਅਸੀਂ ਇੰਨੀ ਬੁਲੰਦ ਸੱਭਿਅਤਾ ਦੇ ਮਾਲਕ ਸੀ। ਤਾਂ ਇਹ ਦੋ ਸੱਭਿਅਤਾਵਾਂ ਦੇ ਭੇਟ ਦੇ ਤੌਰ 'ਤੇ ਵੀ ਇਹਨੂੰ ਵੇਖਣ ਦੀ ਲੋੜ ਹੈ। ਅਤੇ ਜਦੋਂ ਉਹ ਬਲੀ ਕੰਧਾਰੀ ਦਾ ਪੱਥਰ ਅਤੇ ਜਿਹੜੀ ਇਹ ਰੇਲ ਹੈ ਇਹਨੂੰ ਅਤੇ ਜਿਹੜਾ ਟੈਂਕ ਹੈ ਦਰਬਾਰ ਸਾਹਿਬ 'ਤੇ ਚੜ੍ਹ ਕੇ ਆਉਂਦਾ ਉਹਨੂੰ ਅਸੀਂ ਇੱਕ ਧਾਰਾ ਵਿੱਚ ਰੱਖ ਕੇ ਵੇਖਦੇ ਹਾਂ ਅਤੇ ਇਹਨਾਂ ਤਿੰਨਾਂ ਦੇ ਸਾਹਮਣੇ ਖੜਾ ਹੋਇਆ ਸਿੱਖੀ ਦਾ ਸਿਦਕ ਅਤੇ ਸਿਰੜ ਦੇਖਦੇ ਹਾਂ ਅਤੇ ਗੱਲ ਹੋਰ ਤਰ੍ਹਾਂ ਸਮਝ ਆਉਂਦੀ ਹੈ। ਫਿਰ ਉਹ ਪੰਕਤੀ 'ਤੇ ਆਉਂਦੇ ਹਾਂ ਕਿ ਸੇ ਅੱਖੜੀਆਂ ਬਿਆਨ ਜਿਨ੍ਹਾਂ ਦੇ ਸੰਦੋ ਮਹਾਂਪਿਰੀ, ਇਹ ਸਧਾਰਨ ਅੱਖਾਂ ਦੇ ਨਾਲ ਇਹ ਦੁਨੀਆ ਉਵੇਂ ਦਿਸੇਗੀ ਜਿਵੇਂ ਦਿਖਾਈ ਜਾ ਰਹੀ ਹੈ, ਪਰ ਸਿੱਖ ਨੂੰ ਆਪਣੇ ਸਿਰੜ ਅਤੇ ਸਿਦਕ ਕਰਕੇ ਅਤੇ ਉਸ ਧਿਆਨੀ ਸੁਰਤ ਦਾ ਕਰਕੇ ਇਹਦੇ ਅੰਦਰ ਚੱਲ ਰਹੀ ਬੁਰਾਈ ਦਾ ਪਤਾ ਲੱਗ ਜਾਂਦਾ ਹੈ। ਆਮ ਅੱਖ ਨੂੰ ਉਹਦਾ ਨਹੀਂ ਪਤਾ ਲੱਗ ਸਕਦਾ, ਉਹ ਸਿਰਫ ਸਿੱਖ ਨੂੰ ਪਤਾ ਲੱਗ ਸਕਦਾ, ਕਿਉਂਕਿ ਸਿੱਖ ਦੀ ਸੁਰਤ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ ਅਕਾਲ ਪੁਰਖ ਦੀ ਸ਼ਬਦ ਦੇ ਨਾਲ, ਉਹ ਸੁਰਤ ਜਿਹੜੀ ਹੈ ਉਹ ਬੁਲੰਦ ਹੋ ਜਾਂਦੀ ਹੈ, ਉਹਦੀ ਅਕਲ ਜਿਹੜੀ ਉਹ ਲਤੀਫ ਹੋ ਜਾਂਦੀ ਹੈ। ਜਿਵੇਂ ਫਰੀਦ ਸਾਹਿਬ ਕਹਿੰਦੇ ਹੈ ਵੀ ਜਿਹੜੀ ਅਕਲ ਹੈ ਉਹਦੀ ਲਤੀਫੀ ਦੇ ਵਿੱਚ ਜਾਣਾ ਹੈ, ਅਤੇ ਜੇ ਜਦੋਂ ਅਕਲ ਲਤੀਫ ਹੋ ਜਾਣੀ ਹੈ ਤਾਂ ਫਿਰ ਉਹਨੇ ਕੀ ਕਰਨਾ? ਤਾਂ ਅੱਗੇ ਜਿਹੜੀ ਇਹ ਸਾਰੀ ਸਾਡੀ ਨੈਤਿਕਤਾ ਆ ਜਿਹਦੇ ਤੋਂ ਕਾਨੂੰਨ ਬਣਦਾ ਹੈ, ਉਹ ਕਾਨੂੰਨ ਸਾਰੇ ਜਿਹੜੇ ਨੇ ਮਾਡਰਨ ਏਜ ਦੇ ਵਿੱਚ ਜੇ ਅਸੀਂ ਰੂਲ ਆਫ ਲਾ ਦੇ ਅਧੀਨ ਰਹਿਣਾ ਤਾਂ ਫਿਰ ਸਾਡੇ ਰੂਲ ਦੇ ਜਿਹੜਾ ਲਾ ਹੋਏਗਾ ਉਹਦੀ ਐਥਿਕਸ ਜਿਹੜੀ ਹੋਏਗੀ, ਉਹਦੇ 'ਚ ਨਿਆਂ ਜਿਹੜਾ ਹੋਏਗਾ, ਉਹਦੀ ਨੈਤਿਕਤਾ ਜਿਹੜੀ ਹੋਏਗੀ, ਉਹਦਾ ਆਧਾਰ ਗੁਰੂ ਗ੍ਰੰਥ ਸਾਹਿਬ ਹੋਏਗਾ, ਨਾ ਕਿ ਕੋਈ ਪੱਛਮੀ ਸੱਭਿਅਤਾ ਹੋਏਗੀ। ਤਾਂ ਇਹ ਜਿਹੜੀ ਚੀਜ਼ ਹੈ ਜਦੋਂ ਅਸੀਂ ਆਪਣੀ ਹਕੂਮਤ ਨੂੰ ਪੈਰਾਂ ਸਿਰ ਕਰਨ ਦੇ ਲਈ ਤੁਰਾਂਗੇ ਅਤੇ ਜਿਹੜੀ ਹੁਣ ਦੇ ਸਮੇਂ ਵਿੱਚ ਭਾਸ਼ਾ ਦੇ ਵਿੱਚ ਆਈ ਹੋਈ ਤਬਦੀਲੀ ਹੈ ਜਿਹਦੇ ਕਰਕੇ ਸਾਡੇ ਬੱਚਿਆਂ ਨੂੰ ਗੱਲ ਇਸ ਤਰ੍ਹਾਂ ਸਮਝ ਆਉਂਦੀ ਹੈ ਕਿ ਇਹ ਜਿਹੜਾ ਸਿੱਖਾਂ ਦਾ ਰਾਜ ਹੋਏਗਾ ਉਹ ਕਿਹੋ ਜਿਹਾ ਹੋਏਗਾ, ਫਿਰ ਉਹਦੇ ਲਈ ਆਧਾਰ ਇੱਥੋਂ ਮਿਲਣਗੇ ਜਦੋਂ ਅਸੀਂ ਇਹ ਚੀਜ਼ਾਂ ਦੱਸਾਂਗੇ ਕਿ ਸਾਡੇ ਪੁਰਖਿਆਂ ਨੇ ਰਾਜ ਕੀਤਾ ਹੋਇਆ, ਉਹ ਕਿਹੋ ਜਿਹਾ ਰਾਜ ਸੀਗਾ, ਅਤੇ ਉਹਦੇ ਵਿੱਚ ਨਿਆਂ ਕਰਨ ਦੇ ਲਈ ਅਤੇ ਪਦਾਰਥ ਦੀ ਵੰਡ ਕਰਨ ਦੇ ਲਈ, ਪਦਾਰਥ ਦੇ ਨਾਲ ਮਨੁੱਖ ਦਾ ਰਿਸ਼ਤਾ ਘੜਨ ਦੇ ਲਈ ਕਿਹੜਾ ਫਲਸਫਾ, ਕਿਹੜਾ ਗਿਆਨ, ਕਿਹੜੀ ਦ੍ਰਿਸ਼ਟੀ ਕਾਰਜਸ਼ੀਲ ਸੀ, ਅਤੇ ਉਹਦਾ ਦੁਨੀਆਂ ਦੀਆਂ ਕਿਹੜੀਆਂ ਕਿਹੜੀਆਂ ਦ੍ਰਿਸ਼ਟੀਆਂ ਦੇ ਨਾਲ ਟਕਰਾਅ ਹੋ ਚੁੱਕਿਆ। ਇਹ ਟਕਰਾਅ ਅਸੀਂ ਇਸਲਾਮ ਨਾਲ ਵੀ ਦੇਖਦੇ ਹਾਂ, ਇਹ ਟਕਰਾਅ ਅਸੀਂ ਕ੍ਰਿਸਚਨ ਹਕੂਮਤ ਜਿਹੜੀ ਹੈ, ਬ੍ਰਿਟਿਸ਼ਰ ਹਕੂਮਤ ਹੈ ਉਹਦੇ ਨਾਲ ਵੀ ਦੇਖਦੇ ਹਾਂ, ਇਹ ਟਕਰਾਅ ਅਸੀਂ ਜਿਹੜੀ ਬ੍ਰਾਹਮਣੀ ਵਿਪਰ ਦੀ ਦਿੱਲੀ ਤਖ਼ਤ ਦੀ ਹਕੂਮਤ ਹੈ ਉਹਦੇ ਨਾਲ ਵੀ ਦੇਖਦੇ ਹਾਂ, ਕਿਉਂਕਿ ਜਿਹੜਾ ਵਿਪਰ ਤਖ਼ਤ ਹੈ ਇਸ ਵੇਲੇ ਦਿੱਲੀ ਦਾ ਤਖ਼ਤ ਹੈ, 1947 ਤੋਂ ਬਾਅਦ ਜਿਹੜਾ ਇਹ ਹਿੰਦੁਸਤਾਨ ਦੇ ਸੰਵਿਧਾਨ ਦੇ ਨਾਲ ਹਿੰਦੁਸਤਾਨ ਦੀਆਂ ਵੱਖ ਵੱਖ ਜਿਹੜੀਆਂ ਕੌਮਾਂ ਨੇ ਉਹਨਾਂ ਦੇ ਉੱਤੇ ਰਾਜ ਕਰ ਰਿਹਾ, ਜਿਨ੍ਹਾਂ ਦੇ ਵਿੱਚ ਦੱਖਣ ਦੇ ਲੋਕ ਜਿਹੜੇ ਨੇ ਉਹ ਹਿੰਦੁਸਤਾਨ ਦੀਆਂ ਉਹਨਾਂ ਨੀਤੀਆਂ ਨੂੰ ਮੰਨਣ ਨੂੰ ਅਜੇ ਤੱਕ ਵੀ ਤਿਆਰ ਨਹੀਂ ਆ, ਨਾਗੇ ਲੜ ਰਹੇ ਨੇ, ਉੱਧਰੋਂ ਤਮਿਲ ਜਿਹੜੇ ਨੇ ਉਹਨਾਂ ਨੇ ਆਪਣੇ ਕਈ ਜਿਹੜੀਆਂ ਚੀਜ਼ਾਂ ਨੇ ਉਹ ਸਟੈਬਲਿਸ਼ ਕੀਤੀਆਂ ਨੇ ਕਿ ਉਹ ਆਪਣੇ ਆਪਣੇ ਮਿਊਜ਼ਿਕ ਦੇ ਵਿੱਚ ਉਹ ਵੱਖਰਾ ਮੰਨਦੇ ਨੇ, ਦੋ ਪੱਧਤੀਆਂ ਮਿਊਜ਼ਿਕ ਦੀਆਂ ਚੱਲਦੀਆਂ ਨੇ, ਜਿਹੜੇ ਵਿਦਿਆਰਥੀ ਇਸ ਬਾਰੇ ਜਾਣਦੇ ਉਹਨਾਂ ਨੂੰ ਪਤਾ, ਇੱਕ ਹੈਗੀ ਹਿੰਦੁਸਤਾਨੀ ਪੱਧਤੀ ਅਤੇ ਇੱਕ ਹੈਗੀ ਹੈ ਜਿਹੜੀ ਦੱਖਣੀ ਜਿਹੜੀ ਦ੍ਰਾਵਿੜੀਅਨ ਪੱਧਤੀ ਹੈ ਕਰਨਾਟਕੀ, ਉਹ ਜਿਹੜਾ ਆਪਣਾ ਵੱਖਰਾ ਮਿਊਜ਼ਿਕ ਉਹ ਰੱਖਦੇ ਨੇ, ਉਹ ਕਹਿੰਦੇ ਨੇ ਇਸ ਤੋਂ ਅੱਗੇ ਹਿੰਦੁਸਤਾਨ ਹੈ ਅਤੇ ਇਸ ਤੋਂ ਇੱਧਰ ਜਿਹੜਾ ਦੱਖਣ ਦਾ ਏਰੀਆ ਉਹ ਸਾਡਾ ਆ, ਦਰਾਵਿੜ ਲੈਂਡ ਹੈ ਜਿਹੜੀ ਦਰਾਵੜਾਂ ਦੀ ਧਰਤੀ ਹੈ। ਉਹਨਾਂ ਨੇ ਆਪਣੀ ਬੋਲੀ ਦੇ ਉੱਤੇ
ਪੋਲੀਟੀਕਲ ਪਾਰਟੀਆਂ ਵੀ ਬਣਾਈਆਂ ਨੇ, ਉਹਨਾਂ ਦਾ ਆਈਡੀਆ ਵੀ ਚੱਲ ਰਿਹਾ। ਤੋ ਇਹ ਜਿਹੜਾ ਦਿੱਲੀ ਤਖ਼ਤ ਹੈ, ਇਹਨੇ ਜਿਹੜਾ ਆਪਣਾ ਆਧਾਰ ਬਣਾਇਆ ਹੈ ਜਿਸ ਸੰਵਿਧਾਨ ਨੂੰ, ਉਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ ਕੁਛ ਵੀ ਜਿਹੜਾ ਇੰਡੀਅਨ ਨਹੀਂ ਹੈਗਾ। ਇੱਕ ਚੱਲਦੀ ਹੁੰਦੀ ਹੈ ਫਰੇਜ਼ ਜਿਹੜੇ ਕਲਾਸਾਂ ਦੇ ਵਿੱਚ ਟੀਚਰ ਕਈ ਵਾਰੀ ਬੋਲਦੇ ਨੇ, ਦੇਰ ਇਜ਼ ਨਥਿੰਗ ਇੰਡੀਅਨ ਇਨ ਇੰਡੀਅਨ ਕੰਸਟੀਟਿਊਸ਼ਨ। ਇਹਦਾ ਪ੍ਰੈਂਬਲ ਕਿਤੇ ਹੋਰ ਚੁੱਕਿਆ ਗਿਆ, ਇਹਦੀਆਂ ਵੱਖ ਵੱਖ ਜਿਹੜੀਆਂ ਕਾਨੂੰਨੀ ਧਾਰਾਵਾਂ ਨੇ ਉਹ ਕੁਛ ਆਇਰਲੈਂਡ ਤੋਂ ਲੈ ਲਈਆਂ, ਕੁਛ ਅਮਰੀਕਾ ਤੋਂ ਲੈ ਲਈਆਂ, ਕੁਛ ਹੋਰ ਇੰਗਲੈਂਡ ਤੋਂ ਲੈ ਲਈਆਂ, ਕਿਤੇ ਵੱਖ ਵੱਖ ਥਾਵਾਂ ਤੋਂ ਲੈ ਕੇ ਇੱਕ ਮਿਲਗੋਬਾ ਇੱਕ ਕਿਤਾਬ ਤਿਆਰ ਕੀਤੀ ਗਈ। ਅਤੇ ਉਹਦੇ ਨਾਲ ਵਿਪਰ ਜਿਹੜਾ ਉਹ ਸਾਰੀਆਂ ਸ਼ਕਤੀਆਂ ਨੂੰ, ਹਿੰਦੁਸਤਾਨ ਵਿੱਚ ਰਹਿਣ ਵਾਲੀਆਂ ਵੰਨ ਸੁਵੰਨਤਾ ਦੀਆਂ ਸਾਰੀਆਂ ਜਿਹੜੀਆਂ ਕੌਮੀਅਤਾਂ ਨੇ ਉਹਨਾਂ ਦੇ ਉੱਤੇ ਉਹ ਰਾਜ ਕਰ ਰਿਹਾ। ਤਾਂ ਉਹਦੇ ਵਿੱਚ ਜਿਹੜੀ ਸ਼ਕਤੀ ਕੰਮ ਕਰ ਰਹੀ ਹੈ, ਬੇਸਿਕ ਜਿਹੜੀ ਐਨਰਜੀ ਉਹਨਾਂ ਨੂੰ ਮਿਲ ਰਹੀ ਹੈ, ਉਹ ਉਸੇ ਵਿਗਿਆਨਕ ਅਤੇ ਉਸੇ ਹੀ ਤਾਰਕਿਕ ਸੱਭਿਅਤਾ 'ਚੋਂ ਮਿਲ ਰਹੀ ਹੈ ਜਿਹੜੀ ਤਾਰਕਿਕ ਸੱਭਿਅਤਾ ਦੇ ਨਾਲ ਸਿੱਖਾਂ ਦਾ ਭੇੜ ਜਿਹੜਾ ਉਹ ਹੋ ਚੁੱਕਾ ਹੈ ਪਹਿਲਾਂ। ਤੋ ਇਸ ਕਰਕੇ ਇਹਦੇ ਨਾਲ ਭੇੜ ਸਾਡਾ 1984 'ਚ ਵੀ ਹੋਇਆ ਅਤੇ ਆਉਣ ਵਾਲੇ ਸਮੇਂ ਵਿੱਚ ਇਹਦੀ ਫਿਰ ਸੰਭਾਵਨਾ ਵਧੇਗੀ, ਕਿਉਂਕਿ ਇਹਦੀਆਂ ਜਿਹੜੀਆਂ ਮਾਨਤਾਵਾਂ ਨੇ, ਇਹਦੇ ਵਿੱਚ ਜਿਹੜੀ ਮਨੁੱਖ ਦੀ ਘਾੜਤ ਹੋ ਰਹੀ ਹੈ ਉਹ ਵੱਖਰੀ ਤਰ੍ਹਾਂ ਨਾਲ ਹੋ ਰਹੀ ਹੈ, ਅਤੇ ਜਦੋਂ ਸਿੱਖ ਦੀ ਸੁਰਤ ਜਾਗਦੀ ਹੈ ਤਾਂ ਉਹ ਫਿਰ ਇਹਦੇ ਪ੍ਰਤੀ ਚੇਤੰਨ ਹੁੰਦਾ ਹੈ ਅਤੇ ਉਹ ਇਹਦੇ ਨਾਲ ਟਕਰਾਉਂਦਾ, ਅਤੇ ਉਹਨੇ ਟਕਰਾਉਣਾ ਹੀ ਆ। ਇਸ ਟਕਰਾਅ ਨੂੰ ਕੋਈ ਰੋਕ ਨਹੀਂ ਸਕਦਾ, ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਇੱਥੇ ਵਾਪਰਨਗੀਆਂ। ਜੇਕਰ ਦਿੱਲੀ ਦੇ ਤਖ਼ਤ ਨੇ ਇਸੇ ਤਰ੍ਹਾਂ ਹੀ ਆਪਣੀ ਹੋਮੇ ਦੇ ਵਿੱਚ ਸਿੱਖਾਂ ਦੇ ਵੱਲ ਜਿਹੜੀਆਂ ਆਪਣੀਆਂ ਨੀਤੀਆਂ ਨੇ ਉਹ ਜਾਰੀ ਰੱਖੀਆਂ, ਤੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਸ ਇੱਕ ਨੁਕਤੇ 'ਤੇ ਲਿਆ ਕੇ, ਇੱਕ ਨੁਕਤੇ ਦੇ ਵਿੱਚੋਂ ਲੰਘਾ ਕੇ ਵੇਖਣ ਦੀ ਲੋੜ ਹੈ ਕਿ ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੰਮ ਕਰਨ ਵਾਲੀਆਂ ਮੂਲ ਸ਼ਕਤੀਆਂ ਵੇਖਦੇ ਹਾਂ, ਉਹ ਹੈ ਕਿ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਉਹਨਾਂ ਦੀ ਬਰਕਤ ਦੇ ਨਾਲ ਬਖਸ਼ਿਸ਼ ਦੇ ਨਾਲ ਨਵਾਜੀ ਹੋਈ ਸੁਰਤ ਹੈ, ਅਤੇ ਇੱਕ ਪਾਸੇ ਭਾਵੇਂ ਉਹ ਬੰਦਗੀ ਹੋਵੇ ਇਸਲਾਮ ਦੀ, ਉਹਦੇ ਨਾਲ ਨਵਾਜੀ ਹੋਈ ਸੁਰਤ ਜਿਹੜੀ ਹੈ ਵਲੀ ਕੰਧਾਰੀ ਦੀ, ਉਹ ਵੀ ਹੋਮੇ ਦੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਵੱਲ ਪੱਥਰ ਸੁੱਟ ਸਕਦੀ ਹੈ, ਅਤੇ ਭਾਵੇਂ ਉਹਦੇ ਵਿੱਚ ਜਿਹੜੇ ਲੋਕ ਆਪਣੇ ਆਪ ਨੂੰ ਦਾਅਵਾ ਕਰਦੇ ਨੇ ਕਿ ਅਸੀਂ ਰੂਲ ਆਫ ਲਾਅ ਲੈ ਕੇ ਆਏ, ਅਤੇ ਉਹ ਰੂਲ ਆਫ ਲਾਅ ਦੇ ਨਾਲ ਉਹਨਾਂ ਨੇ ਸਾਡੀ ਸੱਭਿਅਤਾ ਨੂੰ ਬਦਲ ਦਿੱਤਾ, ਅਤੇ ਇੱਥੇ ਚੱਲ ਰਹੇ ਸਾਰੇ ਇੰਤਜ਼ਾਮੀਆਂ ਪ੍ਰਬੰਧ ਜਿਹੜੇ ਸਨ ਉਹਨਾਂ ਨੂੰ ਮੇਸ ਦਿੱਤਾ, ਅਤੇ ਉਹ ਆਪਣੇ ਆਪ ਨੂੰ ਬੜੇ ਐਥੀਕਲ ਅਤੇ ਬੜੇ ਸੁਧਰੇ ਹੋਏ ਅਤੇ ਬੜੀ ਉੱਚੀ ਸੱਭਿਅਤਾ ਦੇ ਵਾਰਸ ਉਹ ਕਹਿੰਦੇ ਸਨ ਵੀ ਗੋਰੇ ਜਿਹੜੇ ਕਿ ਸਾਡੀ ਸੱਭਿਅਤਾ ਜਿਹੜੀ ਹੈ ਉਹ ਇੰਨੀ ਉੱਚੀ ਹੈ ਕਿ ਅਸੀਂ ਬਾਕੀ ਲੋਕਾਂ ਨੂੰ ਹੁਣ ਉਚਾਈ 'ਤੇ ਲੈ ਕੇ ਜਾਣ ਲਈ ਆਪਣੇ ਮੋਢਿਆਂ 'ਤੇ ਭਾਰ ਸਮਝਦੇ ਹਾਂ। ਉਹਨਾਂ ਨੇ ਵਾਈਟ ਮੈਨਸ ਬਰਡਨ ਕਿਹਾ ਕਿ ਸਾਡੇ ਮੋਢਿਆਂ 'ਤੇ ਹੁਣ ਭਾਰ ਹੈ ਕਿ ਅਸੀਂ ਬਾਕੀ ਲੋਕਾਂ ਨੂੰ ਵੀ ਇਸ ਤਰ੍ਹਾਂ ਉਚਾਈ 'ਤੇ ਲੈ ਕੇ ਜਾਈਏ, ਇਹਨਾਂ ਨੂੰ ਸਿਖਾਈਏ, ਇਹ ਲੋਕ ਇੰਨੇ ਪੜ੍ਹੇ ਹੋਏ ਨਹੀਂ ਹੈ, ਇਹਨਾਂ ਦਾ ਜਿਹੜਾ ਦਿਮਾਗੀ ਪੱਧਰ ਹੈ ਇੰਨਾ ਉੱਚਾ ਨਹੀਂ ਹੈ, ਅਸੀਂ ਆਪਣੀ ਸਿੱਖਿਆ ਦੇ ਨਾਲ ਆਪਣੇ ਵਿਗਿਆਨ ਦੇ ਨਾਲ ਇਹਨਾਂ ਦਾ ਦਿਮਾਗੀ ਪੱਧਰ ਉੱਚਾ ਕਰਾਂਗੇ। ਇਸ ਕਰਕੇ ਸਾਡਾ ਇਹਨਾਂ ਉੱਤੇ ਰਾਜ ਕਰਨ ਦਾ ਜਿਹੜਾ ਉਹ ਨੈਤਿਕ ਤੌਰ 'ਤੇ ਸਿੱਧ ਹੋ ਜਾਂਦਾ ਹੈ ਅਧਿਕਾਰ। ਤੋ ਉਹ ਜਿਹੜੀ ਸੱਭਿਅਤਾ ਆ ਉਹ ਵੀ ਸਿੱਖਾਂ ਦੇ ਵੱਲ ਇਸ ਤਰ੍ਹਾਂ ਲੋਹੇ ਦੀ ਭਾਰੀ ਭਰਕਮ ਰੇਲ ਜਿਹੜੀ ਆ ਉਹ ਰੇੜਦੇ ਆਉਂਦੇ ਅਤੇ ਉਹਦੀ ਬ੍ਰੇਕ ਨਹੀਂ ਲਾਉਂਦੇ ਅਤੇ ਉਹਨੂੰ ਆਗਿਆ ਨਹੀਂ ਦਿੰਦੇ ਕਿ ਉਹ ਪਛਾਦਾ ਛਕਾ ਸਕਣ। ਹੁਣ ਇੱਕ ਬਾਗ ਦੇ ਵਿੱਚੋਂ ਜੰਗਲ ਦੇ ਵਿੱਚੋਂ ਕਿੱਕਰਾਂ ਦਾ ਉਹ ਜੰਗਲ ਸੀਗਾ, ਉਹਦੇ 'ਚ ਥੋੜ੍ਹਾ ਜਿਹਾ ਬਾਲਣ ਸਿੱਖਾਂ ਨੇ ਵੱਢ ਕੇ ਲਿਆਉਣਾ ਸੀ ਹਕੂਮਤ ਲਈ, ਉਹਨੂੰ ਕੋਈ ਬਹੁਤ ਵੱਡਾ ਕੋਈ ਮਸਲਾ ਨਹੀਂ ਸੀ, ਪਰ ਹਕੂਮਤ ਨੇ ਉਹਨੂੰ ਮਸਲਾ ਬਣਾਇਆ ਅਤੇ ਉਹ ਸਿੱਖਾਂ ਨੂੰ ਬਹੁਤ ਜ਼ਿਆਦਾ ਤਸ਼ੱਦਦ ਦੇ ਵਿੱਚੋਂ ਲੰਘਾਇਆ। ਇਸੇ ਤਰ੍ਹਾਂ ਜਿਹੜੀ ਉਹ ਫੌਜ ਰੇਲ ਦੇ ਵਿੱਚ ਬਿਠਾ ਕੇ ਸਾਬਕਾ ਉਹੀ ਫੌਜੀ ਸਨ ਜਿਹੜੇ ਉਸੇ ਹੀ ਤਖ਼ਤ ਲਈ ਪਹਿਲਾਂ ਜਿਹੜੇ ਫੌਜ ਦੇ ਵਿੱਚ ਨੌਕਰੀ ਕਰਕੇ ਆਏ ਸਨ ਅਤੇ ਉਹ ਪੈਨਸ਼ਨਰ ਸਨ। ਹੁਣ ਦੇਖੋ ਜਿਹੜੀ ਹਕੂਮਤ ਹੁੰਦੀ ਹੈ ਉਹ ਆਪਣੇ ਅਧੀਨ ਨੌਕਰੀਆਂ ਕਰਨ ਵਾਲੇ ਬੰਦਿਆਂ ਦੇ ਪ੍ਰਤੀ ਕਿਹੜਾ ਰਵੱਈਆ ਰੱਖਦੀ ਹੈ, ਉਹ ਇਹ ਐਥਿਕਸ ਇੱਥੇ ਪਰਖਣੀ ਚਾਹੀਦੀ ਹੈ ਅਤੇ ਹਿੰਦੁਸਤਾਨ ਦੇ ਸਾਰੇ ਲੋਕਾਂ ਦੇ ਸਾਹਮਣੇ ਅਤੇ ਦੁਨੀਆ ਦੇ ਲੋਕਾਂ ਦੇ ਸਾਹਮਣੇ ਸਾਨੂੰ ਰੱਖਣੀ ਚਾਹੀਦੀ ਹੈ ਵੀ ਤੁਸੀਂ ਦੱਸੋ ਜਿਹੜੇ ਆਪਣੀ ਨੌਕਰੀ ਕਰਨ ਵਾਲੇ ਸਾਬਕਾ ਪੈਨਸ਼ਨਰ ਫੌਜੀ, ਇੱਕ ਹੁੰਦਾ ਇੱਕ ਅਫਸਰ ਜਿਹੜਾ ਕਿਸੇ ਦਫ਼ਤਰ ਦੇ ਵਿੱਚ ਕਲਰਕ ਹੈ ਉਹਦੀ ਜਾਨ ਨੂੰ ਕੋਈ ਖਤਰਾ ਨਹੀਂ, ਫੌਜੀ ਅਤੇ ਫੌਜ ਭਰਤੀ ਇਸ ਕਰਕੇ ਹੋਇਆ ਕਿ ਉਹ ਆਪਣੀ ਫਰਜ਼ ਨੂੰ ਨਿਭਾਉਂਦਿਆਂ ਹੋਇਆ ਸ਼ਹੀਦ ਹੋ ਸਕਦਾ, ਅਤੇ ਜਿਹੜੇ ਬੰਦੇ ਉਸ ਫੌਜ ਦੇ ਲਈ ਪਹਿਲਾਂ ਭਰਤੀ ਹੋਏ ਅਤੇ ਰਿਟਾਇਰ ਹੋ ਚੁੱਕੇ ਨੇ ਪੈਨਸ਼ਨਰ ਨੇ,
ਉਹਨਾਂ ਦੇ ਪ੍ਰਤੀ ਹਕੂਮਤ ਦਾ ਰਵੱਈਆ ਕੀ ਹੈ ਕਿ ਉਹਨਾਂ ਨੂੰ ਪ੍ਰਸ਼ਾਦਾ ਨਹੀਂ ਛਕਣ ਦੇਣਾ ਚਾਹੁੰਦੇ, ਅਤੇ ਜਿਹੜੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਬੈਠੇ ਨੇ ਉਹਨਾਂ ਨੂੰ ਰੇਲ ਦੇ ਥੱਲੇ ਦੇ ਕੇ ਦਰੜ ਦੇਣਾ ਚਾਹੁੰਦੇ ਨੇ, ਅਤੇ ਫਿਰ ਇਹਨਾਂ ਦੀ ਐਥਿਕਸ ਕਿੱਧਰ ਗਈ ਜਿਹਦਾ ਦਾਅਵਾ ਕਰਦੇ ਨੇ? ਅਤੇ ਉਹ ਸਾਰੀ ਉਹਨਾਂ ਦੀ ਜਿਹੜੇ ਰਾਜ ਦੇ ਵਿੱਚ ਸੂਰਜ ਨਹੀਂ ਛਿਪਦਾ ਉਹਦੇ ਵਿੱਚ ਪਈ ਹੋਈ ਉਹ ਹਉਮੈ, ਅਤੇ ਉਹਦੇ ਵਿੱਚ ਪਏ ਹੋਏ ਉਹ ਸਾਰੇ ਐਬ ਜਿਹੜੇ ਨੇ ਉਹ ਸਿੱਖ ਫਿਰ ਆਪਣੀ ਸ਼ਹਾਦਤ ਦੇ ਕੇ ਪ੍ਰਗਟ ਕਰਦਾ। ਇਹ ਸਾਨੂੰ ਦੁਨੀਆਂ ਨੂੰ ਦੱਸਣ ਦੀ ਲੋੜ ਹੈ, ਅਤੇ ਆਪਣੀ ਸੱਭਿਅਤਾ ਦੀ ਉਚਾਈ ਦੱਸਣ ਦੀ ਲੋੜ ਹੈ ਕਿ ਇਹ ਬੰਦੇ ਕਿਹੜੇ ਸਿਦਕ 'ਚੋਂ ਉਸ ਰੇਲ ਦੇ ਅੱਗੇ ਖੜ੍ਹੇ ਨੇ। ਉਹ ਸਿਦਕ ਉੱਥੋਂ ਹੀ ਆ ਰਿਹਾ ਜਿੱਥੋਂ ਬਾਬਾ ਨਾਨਕ ਉਸ ਪੱਥਰ ਦੇ ਅੱਗੇ ਖੜ੍ਹਾ ਸੀਗਾ, ਅਤੇ ਉਹ ਡੋਲਿਆ ਨਹੀਂ ਅਤੇ ਉਹਨੇ ਪੱਥਰ ਨੂੰ ਥੰਮ ਦਿੱਤਾ। ਅਤੇ ਉਹ ਜਿਹੜਾ ਸਿੱਖਾਂ ਦਾ ਸਿਰੜ ਅਤੇ ਸਿਦਕ ਹੈ ਉਹ ਇਸ ਤਰ੍ਹਾਂ ਦੀ ਹਰੇਕ ਹਉਮੈ ਦੀ ਹਨੇਰੀ ਨੂੰ ਥੰਮ ਦੇਵੇਗਾ, ਹਰੇਕ ਯੁੱਗ ਵਿੱਚ ਥੰਮ ਦੇਵੇਗਾ। ਜਿਵੇਂ ਡਾਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਤਾਰਕਿਕ ਬੁੱਧੀ ਦਾ ਜ਼ੋਰ ਵਧਿਆ, ਲੋਕਾਂ ਨੇ ਕਿਹਾ ਕਿ ਰੰਬੀ ਨਾਲ ਖੋਪਰ ਕਿਵੇਂ ਲਵਾਇਆ ਜਾ ਸਕਦਾ, ਇਹ ਮਨ ਘੜੰਤ ਗੱਲਾਂ, ਇਹ ਮਿਥਕ ਗੱਲਾਂ ਨੇ ਸਿੱਖਾਂ ਨੇ ਐਵੇਂ ਪ੍ਰਚਲਿਤ ਕਰਦੀਆਂ ਆਪਣੇ ਵਡੇਰਿਆਂ ਦੀ ਵਡਿਆਈ ਕਰਨ ਦੇ ਲਈ। ਤਾਂ ਸਿੱਖਾਂ ਨੇ ਉਸ ਯੁੱਗ ਦੇ ਵਿੱਚ ਉਸ ਜਿਹੜੀ ਤਾਰਕਿਕ ਬੁੱਧੀ ਹੈ ਉਹਦੇ ਨਾਲ ਬਣਾਈ ਹੋਈ ਰੇਲ ਦੇ ਸਾਹਮਣੇ ਆਪਣੀ ਦੇਹ ਨੂੰ ਉਡਾ ਕੇ ਖੜ੍ਹਾ ਕਰਕੇ ਦਿਖਾ ਦਿੱਤਾ ਕਿ ਸਿੱਖ ਹਰ ਯੁੱਗ ਦੇ ਵਿੱਚ ਇਸ ਤਰ੍ਹਾਂ ਕਰਕੇ ਵਿਖਾ ਸਕਦੇ। ਸ਼ਹਾਦਤਾਂ ਸੱਚੀਆਂ ਨੇ, ਸ਼ਹਾਦਤ ਦਾ ਮਤਲਬ ਹੀ ਗਵਾਹੀ ਹੈ, ਸ਼ਹਾਦਤ ਦਾ ਮਤਲਬ ਹੀ ਸੱਚਾਈ ਹੈ। ਤਾਂ ਉਹ ਜਿਹੜੀ ਭਾਈ ਕਰਮ ਸਿੰਘ ਜੀ, ਭਾਈ ਪ੍ਰਤਾਪ ਸਿੰਘ ਦੀ ਸ਼ਹਾਦਤ ਹੈ, ਉਹ ਮਾਡਰਨ ਯੁੱਗ ਦੇ ਸਾਹਮਣੇ ਬਹੁਤ ਵੱਡਾ ਇੱਕ ਸਵਾਲ ਹੈ, ਜਿਸ ਸਵਾਲ ਨੂੰ ਸਾਨੂੰ ਵੱਡੇ ਪੱਧਰ 'ਤੇ ਦੁਨੀਆ ਦੇ ਸਾਹਮਣੇ ਉਠਾਉਣ ਦੀ ਲੋੜ ਹੈ। ਅੱਜ ਸਾਰੀ ਦੁਨੀਆ ਇੰਡੀਜਨਸ ਵੈਲਿਊਜ਼ ਵੱਲ ਮੁੜਨਾ ਸ਼ੁਰੂ ਕਰ ਚੁੱਕੀ ਹੈ। ਅਫਰੀਕਨਾਂ ਨੇ ਅਮੈਰੀਕਾ ਨੂੰ ਔਰ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਆਪਣੇ ਇੰਡੀਜਨਸ ਐਜੂਕੇਸ਼ਨ ਸਿਸਟਮ ਦੇ ਨਾਲ ਆਪਣਾ ਪ੍ਰਬੰਧ ਚਲਾਵਾਂਗੇ, ਅਸੀਂ ਆਪਣੀਆਂ ਇੰਡੀਜਨਸ ਵੈਲਿਊਜ਼ ਦੇ ਨਾਲ ਆਪਣਾ ਨਿਜ਼ਾਮ ਚਲਾਵਾਂਗੇ, ਸਾਨੂੰ ਤੁਹਾਡੀ ਇੰਡਸਟਰੀਲਾਈਜੇਸ਼ਨ ਦੀ ਲੋੜ ਨਹੀਂ, ਸਾਨੂੰ ਤੁਹਾਡੀਆਂ ਦਿੱਤੀਆਂ ਹੋਈਆਂ ਨੇ ਅੰਤਰਰਾਸ਼ਟਰੀ ਸੰਸਥਾਵਾਂ, UNO, ਵਰਲਡ ਬੈਂਕ, ਹੋਰ ਜਿੰਨੀਆਂ ਵੀ ਸਾਰੀਆਂ ਅੰਤਰਰਾਸ਼ਟਰੀ ਸੰਸਥਾਵਾਂ ਨੇ, ਇਹਨਾਂ ਦੀ ਕੋਈ ਲੋੜ ਨਹੀਂ, ਸਾਡੇ ਤੋਂ ਦੂਰ ਰਹੋ, ਸਾਨੂੰ ਆਪਣੀ ਜ਼ਿੰਦਗੀ ਜੀਣ ਦਿਓ, ਸਾਨੂੰ ਕੁਦਰਤੀ ਜੀਵਨ ਜੀਣ ਦਿਓ ਜਿਹੜਾ ਅਸੀਂ ਜੀਣਾ ਚਾਹੁੰਦੇ ਹਾਂ। ਸਾਡੀ ਇੱਥੋਂ ਦੀ ਜਿਹੜੀ ਧਰਤੀ ਹੈ ਉਹਦੇ ਵਿੱਚੋਂ 8 ਕੁਇੰਟਲ ਕਣਕ ਨਿਕਲਦੀ ਸੀਗੀ, ਇਹ 24 ਕੁਇੰਟਲ ਕਰਨ ਦੀ ਸਾਡੀ ਕਿਆ ਲੋੜ ਹੈ? ਸਾਡੀ ਕੋਈ ਲੋੜ ਨਹੀਂ ਅਸੀਂ ਇਹਨੂੰ 26-26 ਕੁਇੰਟਲ ਕਰੀਏ। ਇਹ ਹਿੰਦੁਸਤਾਨ ਦੇ ਬਾਕੀ ਲੋਕਾਂ ਦਾ ਢਿੱਡ ਭਰਨ ਲਈ ਹਿੰਦੁਸਤਾਨ ਨੇ ਸਾਡੇ 'ਤੇ ਇੱਕ ਗਲਤ ਪ੍ਰੋਜੈਕਟ ਲਾਗੂ ਕੀਤਾ ਜਿਹਦੇ ਵਿੱਚ ਸਾਡੇ ਹੀ ਬੰਦੇ ਸ਼ਾਮਿਲ ਰਹੇ, ਸਾਡੇ ਬੰਦਿਆਂ ਨੂੰ ਪੜ੍ਹਾ ਕੇ ਉਹਨਾਂ ਦੇ ਕੋਲੋਂ ਗਲਤ ਚੀਜ਼ ਜਿਹੜੀ ਇੱਥੇ ਪ੍ਰੈਕਟਿਸ ਕਰਾਈ ਗਈ ਅਤੇ ਜ਼ੋਰ ਸ਼ੋਰ ਨਾਲ ਉਹਨੂੰ ਪ੍ਰਚਾਰਿਆ ਗਿਆ। ਇਹ ਪ੍ਰੋਜੈਕਟ ਜਿਹੜਾ ਗ੍ਰੀਨ ਰੈਵੋਲੂਸ਼ਨ ਦਾ ਪ੍ਰੋਜੈਕਟ ਹੈ, ਇਸ ਪ੍ਰੋਜੈਕਟ ਨੇ ਸਾਡੇ ਸੱਤਿਆਨਾਸ਼ ਕੀਤਾ ਸਾਰਾ ਇੱਥੋਂ ਦੀ ਜਿਹੜੀ ਧਰਤੀ ਹੈ ਅਤੇ ਇੱਥੋਂ ਦੇ ਕੁਦਰਤੀ ਸਰੋਤ ਹੈ। ਕਿਉਂਕਿ ਜਿਵੇਂ ਵਲੀ ਕੰਧਾਰੀ ਨੇ ਕੁਦਰਤੀ ਸਰੋਤਾਂ ਦੇ ਉੱਤੇ ਏਕਾਧਿਕਾਰ ਸਥਾਪਿਤ ਕੀਤਾ ਸੀਗਾ, ਉਸੇ ਤਰ੍ਹਾਂ ਹਿੰਦੁਸਤਾਨ ਦੀ ਮੌਜੂਦਾ ਸਰਕਾਰ ਵੀ ਇੱਥੋਂ ਦੇ ਕੁਦਰਤੀ ਸਰੋਤਾਂ ਦੇ ਆਪਣਾ ਏਕਾਧਿਕਾਰ ਸਮਝਦੀ ਹੈ। ਜਿਹੜਾ ਤੁਹਾਡਾ ਪਾਣੀ ਦਾ ਮਸਲਾ ਹੈ ਉਹ ਵੀ ਇਸੇ ਹਉਮੈ ਵਿੱਚ ਪਿਆ ਹੈ ਕਿ ਉਹ ਤੁਹਾਡੇ ਪਾਣੀਆਂ ਦੇ ਉੱਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਦਾ ਹੈ ਅਤੇ ਤੁਹਾਡੀ ਉਹ 'ਚ ਨੁਮਾਇੰਦਗੀ ਨਹੀਂ ਹੁੰਦੀ, ਜਾਂ ਉਸ ਪਾਣੀ ਨਾਲ ਬਣਨ ਵਾਲੀ ਬਿਜਲੀ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਵਰਤ ਸਕਦੇ ਅਤੇ ਤੁਹਾਨੂੰ ਉੱਥੋਂ ਝਾਰਖੰਡ ਤੋਂ ਬਿਹਾਰ ਤੋਂ ਕੋਲਾ ਲਿਆ ਕੇ ਇੱਥੇ ਆਪਣੀ ਬਿਜਲੀ ਬਣਾਉਣੀ ਪੈਂਦੀ ਹੈ, ਇਹ ਵੀ ਉਹ ਕੁਦਰਤੀ ਸਰੋਤਾਂ ਦੀ ਲੁੱਟ ਹੈ। ਜਦੋਂ ਤੁਹਾਡਾ ਪਾਣੀ SYL ਨਹਿਰ ਦੇ ਵਿੱਚ ਪਾ ਕੇ ਖੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਵੀ ਉਹ ਕੁਦਰਤੀ ਸਰੋਤਾਂ ਦੇ ਉੱਤੇ ਇੱਕ ਅਧਿਕਾਰ ਮੰਨਣ ਵਾਲੀ ਗੱਲ ਹੈ। ਜਦੋਂ ਤੁਹਾਡਾ ਪਾਣੀ ਇਹ ਜਿਹੜੀਆਂ ਇੰਦਰਾ ਗਾਂਧੀ ਅਤੇ ਆ ਜਿਹੜੀ ਨਹਿਰਾਂ ਬਣੀਆਂ ਨੇ, ਆ ਜਿਹੜੀਆਂ ਪਹਿਲਾਂ ਏਕਾ ਨਹਿਰ ਨੂੰ ਬਣੀਆਂ ਸੀਗੀਆਂ, ਬਾਅਦ 'ਚੋਂ ਉਹ ਦੋ ਬਣਾ ਕੇ ਉਹਨਾਂ ਨੇ ਸਾਰਾ ਪਾਣੀ ਉਹ ਲੈ ਕੇ ਜਾ ਰਹੇ ਨੇ ਭਾਖੜਾ ਅਤੇ ਆਪਣਾ ਬਿਆਸ ਦਾ ਅਤੇ ਸਤਲੁਜ ਦਾ ਹਰੀਕਿਆਂ ਤੋਂ, ਇਹ ਵੀ ਉਸੇ ਤਰ੍ਹਾਂ ਹੀ ਕੁਦਰਤੀ ਸਰੋਤਾਂ ਦੇ ਉੱਤੇ ਇੱਕ ਅਧਿਕਾਰ ਮੰਨਣ ਵਾਲੀ ਗੱਲ ਹੈ। ਇਸ ਤਰ੍ਹਾਂ ਦੀਆਂ ਬਹੁਤ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਨੇ, ਪਰ ਆਪਾਂ ਆਪਣੀ ਗੱਲ ਨੂੰ ਸਮੇਟੀਏ ਕਿ ਇਹਨਾਂ ਸ਼ਹਾਦਤਾਂ ਨੂੰ ਅੱਜ ਦੇ ਸਮੇਂ ਵਿੱਚ ਅਸੀਂ ਪਰਖਣਾ ਹੋਵੇ, ਸਮਝਣਾ ਹੋਵੇ, ਤਾਂ ਫਿਰ ਇਹਨਾਂ ਗੱਲਾਂ ਨੂੰ ਉਹਦੀ ਤੈਅ ਵਿੱਚੋਂ ਕੱਢਣਾ ਪਏਗਾ ਕਿ ਇਹ ਕੋਈ ਸਧਾਰਨ ਗੱਲਾਂ ਨਹੀਂ, ਇਹ ਉਸੇ ਵੱਖਰੀ ਅੱਖ ਨਾਲ ਦੇਖਣ ਵਾਲੀਆਂ ਗੱਲਾਂ ਨੇ ਜਿਹਦੇ ਨਾਲ ਅਕਾਲ ਪੁਰਖ ਦਿਸਦਾ। ਅਤੇ ਇਹ ਸਿਦਕ ਸਾਨੂੰ ਗੁਰੂ ਸਾਹਿਬ ਹਰ ਯੁੱਗ ਵਿੱਚ ਅਤਾ ਕਰਦੇ ਨੇ, ਹਰ ਘੜੀ ਕਿਸੇ ਵੀ ਸਮੇਂ ਅਸੀਂ ਗੁਰੂ ਕੋਲੋਂ ਇਹ ਸਿਦਕ ਦੀ ਦਾਤ ਪ੍ਰਾਪਤ ਕਰ ਸਕਦੇ ਹਾਂ। ਬੋਲਦੇ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ, ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।